ਪਲੇਗ ਪਈ ਪਹਿਲਾਂ, ਫਿਰ ਦੁਬਾਰੀ ਪਈ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਕੀ ਹਾਲ ਚਾਲ ਆ ਜੀ? ਸ਼ੁਕਰੀਆ ਅੱਲਾ ਦਾ, ਲੱਖ ਲੱਖ ਸ਼ੁਕਰੀਆ ਮਾਲਕ ਦਾ। ਕੀ ਨਾਂ ਆਪਣਾ? ਮੇਰਾ ਸਰਵਰ। ਸਰਵਰ? ਹਾਂ। ਅਤੇ ਤੁਹਾਡੇ ਅੱਬਾ ਜੀ ਦਾ? ਮੇਰਾ ਅੱਬਾ ਜੀ ਦਾ ਨਾਂ ਫੱਲੀ ਖਾਂ। ਅਤੇ ਦਾਦੇ ਦਾ? ਦਾਦੇ ਦਾ ਨਾਂ ਆ ਛੱਜੂ ਖਾਂ। ਛੱਜੂ ਖਾਂ? ਹਾਂ। ਅੱਛਾ, ਅਤੇ ਤੁਸੀਂ ਹੁਣ ਕਿੱਥੇ ਰਹਿੰਦੇ ਹੋ? ਅਸੀਂ ਹੁਣ ਪਹਿਲਾਂ ਪਿੰਡ ਦੇ, ਫਿਰ ਅਸੀਂ ਆ ਉਹ ਸ਼ਹਿਰ ਆ ਗਏ। ਅੱਛਾ, ਜ਼ਮੀਨ ਉੱਥੇ। ਅੱਛਾ, ਇਹ ਦੱਸੋ ਬਈ ਉੱਥੇ ਹਿੰਦੁਸਤਾਨ ਵਿੱਚ ਆਪਣਾ ਪਿੰਡ ਕਿਹੜਾ ਸੀਗਾ? ਧਨਾਂਸੂ। ਧਨਾਂਸੂ? ਹਾਂ। ਅੱਛਾ, ਇਹ ਦੱਸੋ ਵੀ ਜਦੋਂ ਵੰਡ ਹੋਈ ਆ ਤੁਹਾਡੀ ਕਿੰਨੀ ਸੀਗੀ? ਮੇਰਾ 2 ਸਾਲ ਦਾ ਬੱਚਾ ਦਾ ਬੜਾ। ਮਾਸ਼ਾ ਅੱਲਾ, ਮਾਸ਼ਾ ਅੱਲਾ, ਕਿਆ ਬਾਤ! ਜਾਓ ਜਿਹੜੀ ਆ ਨਾ, ਹਾਂ ਹਾਂ, ਪਿੰਡੋਂ ਅੱਜ ਸਾਰਾ ਮੁੰਡਾ ਦਾ ਬੱਚਾ ਫਿਰਦਾ ਜਿਹੜਾ ਇੱਥੇ ਆ ਕੇ ਅਤੇ 13-14 ਵਾਲੇ 'ਚ ਹਾਂਜੀ ਹਾਂਜੀ ਬੰਦਿਆਂ ਉੱਥੇ ਆ ਕੇ ਫੌਜ ਹੋ ਗਿਆ। ਅੱਛਾ, ਇਹ ਦੱਸੋ ਧਨਾਂਸੂ ਆ, ਹਾਂ, ਉਸਲੇ ਕਿੱਡਾ ਬੜਾ ਪਿੰਡ ਸੀਗਾ? ਉਹ ਪਿੰਡ ਛੋਟਾ ਦਾ ਜਾਇਦਾਦ ਬਹੁਤ ਸੀ। ਅੱਛਾ, ਜਾਇਦਾਦ ਇੰਨੀ ਨਹੀਂ ਦਿਹਾੜੀ ਵੀ ਜਿਹੜਾ ਨਹੀਂ ਦੇ ਸਕਦਾ ਬੰਦਾ। ਅੱਛਾ, ਉੱਥੋਂ ਦੇ ਨੰਬਰਦਾਰ ਕਿੰਨੇ ਸੀਗੇ? ਸਰਦਾਰ। ਉਹਨਾਂ ਦੇ ਨਾਂ ਦੱਸੋ। ਨੰਬਰਦਾਰ ਦਾ ਮੁਖਾਂ ਦਾ? ਅੱਛਾ, ਸੁਲੇਮਾਨ। ਅੱਛਾ, ਇੱਕ ਆਪਣੇ ਫਕੀਰ ਪੋਟੀ ਅੱਧਾ ਨੰਬਰਦਾਰ। ਹਾਂ, ਇੱਥੇ ਦੱਸੋ ਫਕੀਰ ਪੋਟੀ ਅੱਧਾ ਨੰਬਰ। ਫਕੀਰ ਪੋਟੀ? ਪੋਟੀ, ਹਾਂ ਹਾਂ। ਇੱਕ ਦਿਨ ਹੋ ਗਿਆ, ਹਾਂ, ਇੱਕ ਚੌਥਾ ਤੁਸੀਂ ਬਾਬਿਆਂ ਦਾ ਨਾਮ ਖਾਂ। ਹਾਂਜੀ, ਨਾਮ ਖਾਂ। ਉਹਦੇ ਬਾਅਦ ਫਿਰ ਚਾਰ ਜਾਇਦਾਦ ਨੇ, ਪੰਜ ਸਤਾਰ ਹੈ ਉਹ ਜਾਇਦਾਦ ਨੰਬਰਦਾਰ ਦੇ, ਜਾਇਦਾਦ ਮਿਲੇ ਨੰਬਰਦਾਰ ਮਿਲੇ, ਅਤੇ ਉਹਨੂੰ ਕਹਿ ਹੋਗਾ ਜੀ ਇਹ ਜ਼ੈਲਦਾਰ। ਹਾਂ, ਉਹਦਾ ਨਾਂ ਕੀ ਸੀ? ਗੁਲਾਮ ਚਿਸ਼ਤੀ। ਗੁਲਾਮ ਚਿਸ਼ਤੀ ਦੇ ਅੱਬੇ ਦਾ ਨਾਂ ਕੀ ਸੀ? ਉਹ ਅੱਬੇ ਦਾ ਨਾਮ ਸ਼ਜੂ ਖਾਂ। ਗੁਲਾਮ ਚਿਸ਼ਤੀ ਦੇ? ਹਾਂ। ਅੱਛਾ, ਇਹ ਰਾਜਪੂਤ ਸੀਗਾ? ਇਹ ਰਾਜਪੂਤ ਦਾ। ਅਤੇ ਤੁਹਾਡੀ ਗੋਤ ਕੀ ਆ? ਗੋਤ ਸਾਡੀ ਘੋੜੇ ਬਾਹ ਕਹਿੰਦੇ ਆ, ਲਗਾ ਬਾਹ ਸਾਡਾ ਘੋੜੇ ਬਾਹ। ਅੱਛਾ, ਗੋਤ ਸਾਡਾ ਕੋਤਲਾ। ਅੱਛਾ, ਅਤੇ ਉੱਥੇ ਆਪਣੇ ਰਾਜਪੂਤਾਂ ਦੇ ਕਿੰਨੇ ਘਰ ਸੀਗੇ? ਪਲੇਗ ਪਈ ਪਹਿਲਾਂ, ਫਿਰ ਦੁਬਾਰੀ ਪਈ, ਬਸ ਉਹਦੇ ਵਿੱਚ ਆ ਕੇ ਪਿੰਡ ਖਤਮ ਹੋ ਗਿਆ। ਅੱਛਾ, ਗਿਰਨੇ ਦਾ ਗਿਆ। ਹੁਣ ਸੁਲੇਮਾਨ ਨੰਬਰਦਾਰ ਦਾ ਇਕੱਲਾ ਦਾ ਨੰਬਰਦਾਰ, ਮੁਨਸ਼ੀ ਖਾਂ ਨੰਬਰਦਾਰ ਇਕੱਲਾ ਦਾ, ਮੁਨਸ਼ੀ ਖਾਂ ਨੰਬਰਦਾਰ ਖਾਨਗਾ। ਉੱਥੇ ਬੋਰਡ ਬਹੁਤ ਬੜਾ ਸੀ, ਬਹੁਤ ਬੜਾ ਬੋਰਡ। ਇਹਦੀ ਜਿਹੜੀ ਪਰਲੀ ਪੱਟ ਸੀ, ਉੱਥੇ ਜਾ ਕੇ ਜਿਹੜਾ ਦਵਿੱਡਾ ਖੂਹ ਸੀ ਨਾ, ਉੱਥੇ ਚਲੇ ਜਾਂਦੇ ਸੀ ਖਾਨਗਾ ਦੇ। ਜਦ ਪਰਲਾ ਪਾਸਾ ਸੀ ਨਾ, ਉੱਥੇ ਖੂਹ ਨਹੀਂ ਸੀ ਦਵਿੱਡਾ, ਦਵਿੱਡਾ ਖੂਹ ਉੱਪਰ ਲੈ ਗਿਆ। ਹਾਂ, ਪਰੇ ਨਾਲ। ਹਾਂ, ਅਤੇ ਖਾਨਗਾ ਦੇ ਜਿਹੜੇ ਬੜਾ ਬਾਬੇ ਨਿਜ਼ਾਮਦੀਨ ਦੀ ਕਬਰ ਸੀ ਜਿਹੜੀ ਅੱਗੇ ਸੀ, ਬਾਬਾ ਇਮਾਮਦੀਨ, ਦਾਦੀ ਬਰਕਰ ਬੀਬੀ, ਇਹ 5-6 ਕਬਰਾਂ ਸੀਆਂ ਜਿਹੜੀਆਂ ਸਾਡੇ। ਉਹ 5-6 ਕਬਰਾਂ ਦੀਆਂ ਤੁਹਾਡੀਆਂ ਉਹ ਹੋਰ ਕਿਸੇ ਦੀ ਸਾਡੀਆਂ ਪੀੜਾਂ ਦੀਆਂ ਸੀਆਂ। ਇੱਕੋ ਸਕੂਲ ਸੀ ਜਿਹੜਾ ਬਾਰਿਸ਼ ਨਾਲ ਢਹਿ ਗਿਆ, ਜਦੋਂ ਬੋਰਡ ਵੱਲੋਂ ਵੜਦੇ ਸੀਗੇ ਨਹੀਂ, ਉੱਥੇ ਕੱਚੀਆਂ ਕੰਧਾਂ ਖੜੀ, ਜਿਹੜਾ ਸਕੂਲ ਬਣਿਆ ਸੀ ਉਹ ਬਾਰਿਸ਼ ਨਾਲ ਢਹਿ ਗਿਆ, ਕੋਈ ਪੜ੍ਹਦਾ ਨਹੀਂ ਸੀ ਸਕੂਲ। ਪੱਕਾ ਉੱਥੇ ਨਹੀਂ ਨਹੀਂ ਕੱਚੀਆਂ ਕੰਧਾਂ ਰਹਿ ਗਈਆਂ ਸੀ, ਢਹਿ ਗਿਆ ਸੀ ਬਾਦਸ਼ਾਹ ਨਾਲ। ਉੱਥੋਂ ਜਾ ਕੇ ਫਿਰ ਅੱਗੇ ਬਾਬੇ ਦੀ ਆ ਜਾਣੀ ਸੀ, ਅੱਧੇ ਫਕੀਰਾਂ ਦੇ ਘਰ ਆ ਜਾਣੀ ਸੀ, ਅੱਗੇ ਆ ਜਾਣਾ ਸੀ ਜੀਣ ਜੀਣ ਖਾਂ ਦਾ, ਅਤੇ ਕਾਲੂ, ਅਤੇ ਬਾਬੂ ਮਾਖੀ ਦਾ ਸਰਦਾਰ ਅਲੀ, ਉਹਨਾਂ ਦਾ ਨਾਂ ਸੀ ਸਰਦਾਰ ਅਲੀ, ਅਤੇ ਮਜੀਦ ਇਹਦੇ ਨਾਂ ਸੀ, ਨੂਰ ਮੁਹੰਮਦ ਦੇ ਨਾਂ ਖੁਸ਼ੀਆ ਲੂੰਬਾ, ਖੁਸ਼ੀਆ ਲੂੰਬਾ ਤਾਂ ਸਾਡੇ ਕੋਲ ਸੀ, ਮਾਮਾ ਖੁਸ਼ੀਆ ਲੂੰਬਾ। ਇਹ ਆ ਗਿਆ ਸੀ ਆਪਣੇ ਖੁਸ਼ੀਆ ਪੋਸਟ ਸੀ, ਸਤਾਰ ਦਾ ਬਾਪ ਉਹ ਸੀ,
ਮਸਜਿਦ ਦੇ ਪਿਛਲੇ ਪਾਸੇ ਦੀ ਲੰਘ ਜਾਂਦੇ ਸੀ ਉਹਨਾਂ ਦੇ ਘਰਾਂ ਨੂੰ। ਇੱਧਰ ਸੀ ਸ਼ੌਕੀ ਹੋਣੀ, ਸ਼ੌਕੀ ਹੋਣੀ ਦੇ ਘਰਾਂ ਲੈ ਕੇ ਇੱਧਰ ਗਫੂਰ ਕੁੰਡਾ ਸੀ, ਅੱਗੇ ਥੋੜ੍ਹਾ ਜਿਹੀ ਜਿੱਥੇ ਖੂਹੀ ਸੀ, ਖੂਹੀ ਦੇ ਉਹ ਟੱਪ ਕੇ ਤਾਕੀ ਅਤੇ ਅੱਗੇ ਜਾਂਦੇ ਸੀ ਆਪਾਂ ਜੀਣ ਖਾਂ ਦੇ ਘਰ, ਅਤੇ ਇੱਧਰ ਮਾਈ ਝੰਡੋ ਸੀ, ਅੱਗੇ ਆ ਜਾਂਦੇ ਸੀ। ਬੜਾ ਛੋਟਾ ਤੱਕਿਆ ਸੀ ਮਸਜਿਦ ਦੇ ਸਾਹਮਣੇ, ਬੜਾ ਤੱਕਿਆ ਸੀ ਫਿਰ ਇਹਨਾਂ ਦੇ ਰਾਜੇ ਉਹਨਾਂ ਦੇ ਘਰ ਦੇ ਅੱਗੇ। ਇੱਥੋਂ ਉੱਤਰ ਕੇ ਫਿਰ ਜਾਂਦੇ ਸੀ ਆਪਣੇ ਪਟਵਾਰ ਖਾਨਾ ਅਤੇ ਜ਼ੈਲਦਾਰ ਦਾ ਘਰ ਹਵੇਲੀ, ਇਹੀ ਸੀ ਨਾ। ਉੱਚਾ ਤੱਕਿਆ ਅੱਗੇ ਆ ਗਿਆ ਸੀ ਸੰਤ ਰਾਮ ਹੋਣੀ ਮਿਸਤਰੀ, ਹੈਗੇ ਸੀ ਕਿ ਨਹੀਂ ਹੈਗੇ ਸੀ ਨਾਲ ਜ਼ੈਲਦਾਰ ਦੀ ਹਵੇਲੀ ਦੇ ਨਾਲ, ਇਹਨਾਂ ਦੇ ਨਾਲ ਸੀ ਰੋਸ਼ਨ ਤੇਲੀ ਆਇਆ ਇੱਥੇ ਸਾਡੇ ਨਾਲ ਹੀ ਸੀ ਰੋਸ਼ਨ ਤੇਲੀ ਸੀ ਉੱਥੇ ਕੋਲੂ ਲਾਇਆ। ਇੱਧਰ ਨੂੰ ਦਿਸ ਜਿਸ ਵੇਲੇ ਜਾਂਦੇ ਸੀ ਇੱਧਰ ਰਹਿ ਜਾਂਦੇ ਸੀ, ਸਾਡਾ ਘਰਾਂ ਸਾਹਮਣੇ ਰਹਿੰਦੇ ਆਪਣਾ ਜਿਹੜਾ ਮੇਨ ਸਾਡਾ ਜਿੱਧਰ ਤੁਹਾਡਾ ਘਰ ਸੀ ਨਾ, ਅੱਗੇ ਆ ਗਿਆ ਗਫੂਰ ਦਾ ਘਰ, ਆਹ ਗਫੂਰ ਹੈ ਨਹੀਂ ਸੀ ਵਿਛੋੜਨ ਦਾ ਬਾਪ, ਜ਼ੈਲਦਾਰ ਦਾ ਘਰ, ਤੁਹਾਡਾ ਘਰ, ਅੱਗੇ ਗਫੂਰ ਸ਼ਾਂਗੇ ਦਾ ਘਰ, ਅੱਗੇ ਉਹਨਾਂ ਦੇ ਮੁਨਸ਼ੀ ਖਾਂ ਦਾ ਘਰ, ਮੁਨਸ਼ੀ ਖਾਂ ਦੇ ਘਰ ਦੇ ਨਾਲ ਆ ਗਿਆ ਫੱਲੀ ਅਤੇ ਕਮੈਸ, ਫੱਲੀ ਕਮੈਸ ਦੇ ਨਾਲ ਆ ਗਿਆ ਸੁਲੇਮਾਨ, ਸੁਲੇਮਾਨ ਇਹ ਤੋਂ ਅੱਗੇ ਰਹਿਮਤ, ਰਹਿਮਤ ਅੱਗੇ ਬਾਬਾ ਸ਼ੇਰਾ, ਬਾਬਾ ਸ਼ੇਰਾ ਹੱਟੀ ਵਾਲਾ, ਇੱਧਰ ਫਿੱਕੇ ਉਹਨਾਂ ਦੇ ਬਲਦ ਬੰਨੇ ਹੋਏ ਸੀ ਉਹ ਜਿਹੜੇ ਟੁੱਠੇ ਸੀ ਪੀਲੇ ਰੰਗ ਦੇ, ਬਾਬਾ ਸ਼ੇਰੇ ਨਾਲ ਸੁਲੇਮਾਨ ਦਾ, ਸੁਲੇਮਾਨ ਦਾ ਅੱਗੇ ਇੱਧਰ ਸੀ ਜਾਂਦੇ। ਹੁਣ ਪਾਇਆ ਸੀ ਜਿਹੜਾ ਬਾਈ ਮਜੀਦ ਨੇ ਘਰ ਉਹ ਸਾਹਮਣੇ ਜਿਹੜਾ ਬਾਬੇ ਹੋਣਾ ਦਾ ਘਰ ਸੀ ਅਤੇ ਬਾਬੇ ਮੁਹੰਮਦ ਖਾਨ ਨੰਬਰਦਾਰ ਦਾ ਘਰ ਸੀ, ਇਹਦੇ ਸਾਹਮਣੇ ਪਿੱਪਲ ਸੀ, ਪਿੱਪਲ ਦੇ ਨਾਲ ਹੀ ਫਿਰ ਇਹਨੇ ਪਾਇਆ, ਉਹਨਾਂ ਦੇ ਨਾਲ ਹੀ ਨਵਾਂ ਘਰ ਪਾਇਆ। ਇੱਧਰ ਆਇਆ ਸੀ ਮੁਨਸ਼ੀ ਖਾਨ ਨੰਬਰਦਾਰ, ਮੁਨਸ਼ੀ ਖਾਨ ਦੇ ਨੰਬਰਦਾਰ ਦੇ ਇੱਧਰ ਜਿੱਥੇ ਆਉਂਦੇ ਸੀ ਗਫੂਰ ਮਰਾਸੀ ਅਤੇ ਅਲੀ ਅਤੇ ਫਿੱਕੇ ਹੋਣੀ, ਇਹ ਹਾਂ ਨਾਲ ਹੀ ਸੀ ਆ ਗਿਆ। ਉਧਰੋਂ ਫਿਰ ਆ ਗਿਆ ਅਨਬਰ, ਅਨਬਰ ਆ ਗਿਆ ਕਿ ਨਹੀਂ ਅਨਬਰ, ਅਨਬਰ ਅਤੇ ਰਿਆਸਤ ਬੱਲੀ ਸਫੇ ਅਤੇ ਉਹਦਾ ਅਸਲ ਜਿਵੇਂ ਮੱਟੀ ਕਹਿੰਦੇ ਸੀ, ਉਹਦੇ ਨਾਲ ਸੀ ਆਪਣੇ ਮੈਦਲੀ ਸਾਈ, ਹਾਂ ਮੈਦਲੀ ਦਾ, ਹਾਂ ਮੈਦਲੀ ਦੇ ਨਾਲ ਘੰਟਾ ਬਾਬੇ ਹੋਣਾ ਦਾ ਨਾਲ ਬਾਈ ਮੁਹੰਮਦ ਖਾਨ ਦਾ ਘਰ, ਇਹ ਘਾਟੀ ਫਿਰ ਉੱਤਰ ਕੇ ਹੇਠਾਂ ਨੂੰ ਜਾਂਦੀ ਸੀ, ਉੱਥੇ ਜਾ ਕੇ ਅੱਗੇ ਆ ਗਿਆ ਸੀ ਸਦੀਕ ਨਾਈ ਦਾ ਘਰ, ਸਦੀਕ ਨਾਈ ਦੇ ਘਰ ਆ ਗਿਆ ਫਿਰ ਇਸਮਾਇਲ ਗੁਜਰ ਅਤੇ ਇਬਰਾਹਿਮ ਘਰ, ਇਹਦੇ ਨਾਲ ਆ ਕੇ ਫਿਰ ਉਹ ਨੂਰਾ ਜੱਟੀ ਦਾ ਜਿਹਨੂੰ ਕਹਿੰਦੇ ਸੀ, ਹੈਗਾ ਸੀ ਨਾ ਨੂਰਾ ਜੱਟੀ ਦਾ, ਨੂਰ ਮੁਹੰਮਦ ਜੱਟੀ ਦਾ, ਇੱਧਰ ਫਿਰ ਆ ਜਾਂਦੀ ਸੀ ਸੱਥ ਜਿੱਥੇ ਆਪਾਂ ਮਾਲ ਖੜਾ ਕਰ ਦਿੰਦੇ ਸੀ, ਇਹਦੇ ਨਾਲ ਅੱਗੇ ਚਮਾਲੀ ਆ ਜਾਂਦੀ ਸੀ, ਆ ਜਾਂਦੀ ਸੀ ਚਮਾਲੀ। ਇੱਧਰ ਹੁਣ ਪਿੱਛੇ ਨੂੰ ਹਟ ਕੇ ਆਈਏ ਨਾ, ਤੁਹਾਡੇ ਘਰ ਆ ਗਿਆ, ਉੱਧਰ ਆ ਗਿਆ ਗਫੂਰ, ਉੱਥੇ ਰਹਿੰਦੀ ਸੀ ਮਾਂ ਰਹੀਮਨ, ਮਾਂ ਰਹੀਮਨ ਰਹਿੰਦੀ ਸੀ ਨਹੀਂ, ਅਤੇ ਮੁਹੰਮਦ ਜਾਨ ਕੁੰਡੇ ਉਹਨਾਂ ਦੀ ਸੱਚ ਅਤੇ ਸਰੀਰ ਤਿੱਖੇ ਦੀ ਸੱਚ ਉਹ ਰਹਿੰਦੀਆਂ ਸੀ, ਆਹੋ ਮਾਂ ਰਹੀਮਨ ਅਤੇ ਮੁਹੰਮਦ ਜਾਨ ਕੁੰਡੇ ਦੀ ਮਾਂ ਰਹੀਮਨ ਤਾਂ ਗਈ ਬਲਦੇ ਔਲਾਦ ਨਹੀਂ ਸੀ, ਹਾਂ ਅਤੇ ਮੁਹੰਮਦ ਜਾਨ ਅਤੇ ਆਪਣੇ ਫਾਤਮਾ, ਅਤੇ ਫਾਤਮਾ ਦੀ ਬੜੀ ਜਿਹੀ ਗਫੂਰ ਨੂੰ ਧੀ ਕੀ ਬਾਈ ਸੀ ਔਰ ਕੀ ਸੀ ਨਾ ਮੇਰੇ ਵੀ ਨਾਲ ਵੀ ਉਹਨਾਂ ਘਰ ਆ ਜਾਂਦੇ ਨਾ, ਹਾਂ ਇਹ ਸੀ। ਇੱਧਰੋਂ ਆ ਜਾਓ ਫਿਰ ਜੱਗੇ ਆ ਗਿਆ ਸੀ ਮਸਜਿਦ ਨਾਲ ਜਿੱਥੇ ਫਸਲਾਂ ਪੱਠੀ ਦਾਣੇ ਭੁੰਦੀ ਹੁੰਦੀ ਸੀ, ਉਹਦੇ ਅੱਗੇ ਫਿਰ ਸਿੱਧੇ ਆ ਕੇ ਇਹਨਾਂ ਦੀ ਬਾਬਿਆਂ ਦੀ ਮਾਂ ਗਈ ਹਵੇਲੀ, ਉੱਥੋਂ ਮੁੜਦੇ ਸੀ ਅੱਗੇ ਆ ਗਿਆ ਅਮਦਾਦ ਨੂਰੀ ਕਾ, ਆ ਗਿਆ ਕਿ ਨਹੀਂ ਆ ਗਿਆ। ਉੱਥੋਂ ਫਿਰ ਜਿਸ ਵੇਲੇ ਸਿੱਧੇ ਜਾਂਦੇ ਸੀ ਸੱਜੇ ਪਾਸੇ ਖੱਬੇ ਪਾਸੇ ਸਾਡਾ ਘਰ ਸੀ ਅਤੇ ਖੱਬੇ ਪਾਸੇ ਸੀ ਮਾਖੀ ਚੌਥੀ ਵਾਲੇ ਦਾ ਘਰ, ਇਹੀ ਸੀ ਨਾ। ਇਹ ਤੋਂ ਬਾਅਦ ਫਿਰ ਅੱਗੇ ਜਾਂਦੇ ਸੀ ਤਾਜ ਦਾ ਘਰ ਆ ਜਾਂਦਾ ਸੀ, ਤਾਜ ਦੇ ਘਰ ਅੱਗੇ ਚੌਂਕ ਜਿਹਾ ਪਿਆ ਸੀ, ਅੱਗੇ ਫਿਰ ਹਸਣਾ ਅਤੇ ਬਾਈ ਬਰੀ ਆ ਜਾਂਦੇ ਸੀ, ਅੱਗੇ ਆ ਜਾਂਦੇ ਸੀ ਦੂਸਰਾ ਕੀ ਆ ਦਿਨ ਹਾਂ ਜਿਹੜੀ ਇੱਧਰ ਚੱਲ ਰਿਹਾ ਨਾ ਸਾਡੀ ਕੰਨ ਦੇ ਨਾਲ ਲੱਗਦਾ ਸੀ ਖੁਸ਼ੀਆ ਲੂੰਬਾ, ਉਹ ਸਾਡੇ ਸਾਂਝਾ ਸੀ ਨਾ, ਨਾਲ ਪਰੇ ਲੱਗਦੀ ਸੀ ਗਫੂਰ ਦੀ ਕੰਧ, ਜਿਹੜੀ ਗਫੂਰ ਦੇ ਨਾਲ ਇੱਧਰ ਵਿਹਲੀ ਉਹਦੇ 'ਚ ਹੁੰਦੀ ਸੀ ਗੋਂਦਣੀ, ਤੁਹਾਡੇ ਘਰਾਂ ਦੇ ਇੱਧਰ ਸੀ ਨਾ,
ਇੱਧਰ ਸੀ ਨਾ ਉਹ ਪਿੱਛੇ ਜਿਹੜਾ ਪਲਾਟ ਸੀ ਉਹਦੇ ਵਿੱਚ ਗੋਂਦਲੀ ਹੁੰਦੀ ਸੀ ਕਿ ਨਹੀਂ ਹੁੰਦੀ ਸੀ, ਗੋਂਦਲੀ ਖਾਂਦੇ ਹੁੰਦੇ ਸੀ, ਅੱਗੇ ਜਾ ਕੇ ਕਪੂਰ ਸਾਂਗਾ, ਫਿਰ ਅੱਗੇ ਜਾ ਕੇ ਫਿਰ ਆ ਜਾਂਦੇ ਸੀ ਸਿਤਾਰ ਦਾ ਘਰ, ਸਿਤਾਰ ਦੇ ਘਰ ਦੇ ਨਾਲ ਇੱਧਰ ਉੱਧਰ ਦੂਆ ਕੀ ਉਹਦੇ ਮੈਨੂੰ ਇਸ ਨਾ ਭੁੱਲ ਗਿਆ, ਉਹ ਸੀ ਅੱਗੇ ਜਾ ਕੇ ਆਉਂਦੇ ਨਕਸ਼ਵੰਦ ਦਾ ਘਰ, ਮੁਰਤਜ਼ਾ ਉਹਨਾਂ ਦਾ ਘਰ, ਮੇਹਰ ਅਲੀ ਦਾ ਘਰ, ਨਵਾਬ ਦਾ ਘਰ, ਫਜ਼ਲਾਂ ਦਾ ਘਰ, ਉਹ ਵਿਹੜੇ ਜਾਂਦੇ ਕਹਿੰਦੇ ਇੱਧਰੋਂ। ਫਿਰ ਜਿਸ ਵੇਲੇ ਆਪਾਂ ਆਉਂਦੇ ਸੀ ਸਿੱਧੀ ਚਲੀ ਜਾਂਦੀ ਜੈਨਦਾਰ ਅਤੇ ਮੁਹੰਮਦ ਜਿਹੜਾ ਚੌਥੇ ਬੈਠਾ 35-34 'ਚ, ਉਹਦੇ ਜਿਸ ਵੇਲੇ ਉੱਥੇ ਅੱਗੇ ਆ ਜਾਂਦੇ ਸੀ ਮੱਲਿਆਂ ਦੇ ਆਉਂਦੇ, ਮੱਲਿਆਂ ਦੇ ਆਉਂਦੇ ਸੀ ਨਾ ਘਰ, ਮੱਲਿਆਂ ਦੇ ਘਰ ਦੇ ਆ ਕੇ ਇੱਧਰ ਆ ਕੇ ਫਿਰ ਵਿਹੜੇ ਹੇਠਾਂ ਉੱਤਰਦੇ, ਪਰਲੇ ਪਾਸੇ ਸੀ ਸੜਕ ਜਿਹੜੀ ਵਿਹੜੇ ਵਾਲਿਆਂ ਦੀ ਸੀ, ਪਰਲੇ ਪਾਸੇ ਉੱਤਰ ਕੇ ਇਹਨਾਂ ਦੀ ਬਹੁਤ ਵੱਡੀ ਪਿਲਕਣ ਸੀ, ਪਿਲਕਣ ਦੇ ਹੇਠਾਂ ਉਹ ਜਿਹੜਾ ਸ਼ੇਰ ਦੇ ਮੂੰਹ ਵਾਲਾ ਹੁੰਦਾ ਨਾ ਨਲਕਾ, ਉਹ ਲੱਗਿਆ ਹੋਇਆ ਸੀ। ਅੱਗੇ ਜਾ ਕੇ ਚੂੜਿਆਂ ਦੀ ਖੂਹੀ ਵੀ ਸੀ, ਚੂੜਿਆਂ ਦੀ ਖੂਹੀ ਵੀ ਸੀ, ਪੱਥਰ ਉਹ ਚੂੜਿਆਂ ਦੀ ਸੀ ਨਾ, ਉਹ ਜਿਹੜਾ ਆਪਣਾ ਡੂੰਬ ਸੀ ਉਹ ਸੀ ਮਸ਼ਹੂਰ ਚੂੜਿਆਂ ਵਾਲਾ ਡੂੰਬ, ਉੱਥੋਂ ਜਾ ਕੇ ਅੱਗੇ ਆ ਜਾਂਦਾ ਸੀ ਅੱਗੇ ਦੂਸਰਾ ਪੁਲ, ਪੁਲ ਉੱਤਰਦਿਆਂ ਪੁਲ ਉੱਤਰਦਿਆਂ ਨੂੰ ਵਿਹੜੇ ਵਾਲਿਆਂ ਦਾ ਖੂਹ ਆ ਜਾਂਦਾ ਸੀ, ਅੱਗੇ ਫਿਰ ਆ ਜਾਂਦੇ ਸੀ ਇੱਧਰ ਬੌਂਕਰ ਰਹਿ ਜਾਂਦੇ ਸੀ, ਬੌਂਕਰਾਂ ਸਿੱਧੇ ਪਿਹਾਉਣ ਚਲੇ ਜਾਂਦੇ ਸੀ ਸਲੇਮਪੁਰ ਜਿੱਥੇ ਦਾ ਬਲੈਤ ਸੀ, ਮਿਆਣੀ ਦਾ ਮਿਆਣੀ ਦਾ ਡੂੰਬ ਅਤੇ ਮਿਆਣੀ ਉੱਥੇ ਚਲੇ ਜਾਂਦੇ ਸੀ, ਪਿਆਉਣ ਉੱਥੇ ਆਉਂਦੇ ਸੀ, ਇੱਧਰ ਸੀ ਕੀ ਉਹਦਾ ਨਾਂ, ਇੱਧਰ ਤਾਂ ਆ ਕੇ ਭੁੱਖਣੀ ਆ ਗਈਆਂ। ਹੁਣ ਜਿਹੜਾ ਕੁੱਲੇ ਸੀ ਬਾਬਿਆਂ ਨੇ ਹੁਣ ਕੁੱਲੇ 'ਤੇ ਨਵਾਂ ਖੂਹ ਲਾਇਆ ਸੀ ਨਾ, ਕੁੱਲੇ ਕੁੱਲੇ ਜਿੱਥੇ ਗੁਲਾਮ ਰਸੂਲ ਤੋਂ ਵੀ ਕੱਪੜੇ ਧੋਂਦਾ ਹੁੰਦਾ ਸੀ, ਹਾਂਜੀ ਉੱਪਰ ਤਾਂ ਨਹੀਂ ਉਹ ਗੁਲਾਮ ਰਸੂਲ ਤੋਂ ਵੀ ਕੱਪੜੇ ਉੱਥੇ ਕੁੱਲਿਆਂ ਵਾਲੇ ਉੱਥੇ ਗਦਵਾਲ ਗਦਵਾਲ ਦੇ ਉਹ ਕੱਪੜੇ ਉੱਥੇ ਜੋ ਕੁੱਲੇ ਸੀ ਉੱਥੇ ਜਾਮਣਾ ਆਪਣੇ ਖਾਂਦੇ ਹੁੰਦੇ ਸੀ, ਉਹ ਜਾਮਣਾ ਮਸ਼ਹੂਰ ਸੀ ਉੱਥੇ, ਉਹ ਕੁੱਲੇ ਦੀਆਂ ਮੈਂ ਕਹਿੰਦਾ। ਹੋਰ ਇਹਦੇ ਨਾਲ ਸੀ ਜਿਹੜਾ ਹੁਣ ਲਾਇਆ ਸੀ ਬਾਬਿਆਂ ਦੇ ਬਾਬਿਆਂ ਨੇ ਨਵਾਂ ਖੂਹ, ਉਹ ਨਸੀਬ ਨਹੀਂ ਹੋਇਆ, ਉਹ ਹਾਲੇ ਮਾੜਾ ਮੋਟਾ ਚੱਲ ਪਿਆ ਸੀ ਉਹ ਛੱਡ ਕੇ ਆ ਗਿਆ। ਇੱਧਰੋਂ ਫਿਰ ਜਿਸ ਵੇਲੇ ਆਉਂਦੇ ਸੀ ਗੁਰਦੁਆਰੇ ਨੂੰ ਚੜ੍ਹ ਜਾਂਦੇ ਸੀ, ਪਹਿਲਾਂ ਮਨਾਦ ਆ ਦੇਣਾ ਇਹਦਾ ਸਭ ਉਹਨਾਂ ਦਾ ਘਰ ਅੱਜ ਘਰ ਆ ਜਾਣਾ, ਉੱਥੋਂ ਫਿਰ ਸਿੱਧੇ ਸਕੂਲ ਵਿੱਚ ਖੁਸ਼ੀਆ ਸਧਾਰ ਵਾਲਾ ਇਹ ਹੁੰਦਾ ਸੀ ਹੈਡ ਮਾਸਟਰ। ਆਬਾਦੀ ਜਿਹੜੀ ਸੀ ਸਾਡੇ ਘਰ ਇੱਕ ਗੁਜਰਾਂ ਦਾ ਸੀ ਜੀ, ਬਾਕੀ ਜੀ ਕੁੱਲੋ ਹਮ ਜਿਹੜੇ ਸੀ ਰਾਜਪੂਤ ਸੀ। ਤੁਹਾਡੀ ਮਤਲਬ ਇਹ ਰਾਜਪੂਤ ਜਿਹੜੇ ਸੀਗੇ ਇਹ ਕਿਹੜੀ ਘੋੜੇਵਾ ਰਿਸ਼ੀ ਕਹਿੰਦਾ ਨਾ ਹਿੰਦੂਆਂ ਨੂੰ, ਹਾਂਜੀ ਉਹ ਬੈਠੇ ਉਹ ਬੱਚਿਆਂ ਲਈ ਜਾ ਕੇ ਬੱਚਿਆਂ ਲਈ ਜਾ ਕੇ ਅਤੇ ਉਹ ਆਪਣੀ ਜੋੜੀ ਬੈਠੇ ਉਹ ਦੂਆ ਕਹਿੰਦਾ ਦੇਖੋ ਨਗੇ ਨੇ ਬੈਠਿਆ ਬੱਚਾ ਨਾ ਕਹਿੰਦੇ ਜਾਨਵਰ ਲੈ ਕੇ ਉਹ ਦੇਖਿਆ ਕਿ ਬੱਚਾ ਹੈ ਨਾ, ਉਹ ਕਹਿੰਦੇ ਸੰਤਾ ਸੁਣਦਾ ਆਪਣੇ ਮਾਲ ਲੈ ਲੈ ਬੱਚਾ ਲੈ ਜਾ ਕੋਈ ਜਾ ਕੇ ਜਾਨਵਰ ਆਉਂਦਾ, ਉਹ ਕਹਿੰਦਾ ਕਰੋ ਕਾਕਸੇ ਦਿੱਤੇ ਅੱਲਾ ਦੀਆਂ ਸ਼ਾਨਾ ਕਾਕਸੇ ਕਰਕੇ ਉੱਥੇ ਚਾਦਰ ਲੈ ਕੇ ਬਹਿ ਗਿਆ, ਗੋਲੀਆਂ ਮਾਰ ਕੇ ਅੱਲਾ ਇਹਨੇ ਵੀ ਜਾਨ ਮਾ ਬੰਦਾ ਬਣਾ ਇਹਨੂੰ ਹੈਂ ਅੱਲਾ ਦੀ ਯਾਦ ਲੈਣਾ ਉਹ ਬੱਚਾ ਬੱਚਾ ਬਣਾਤਾ ਬੱਚਾ ਬਣਾਏ ਜਾਣੂ ਉਹ ਫੀਲਾ ਫੇਲ ਆ ਗਈ ਆਪਣੇ ਕੱਪੜੇ ਧੋ ਕੇ ਉੱਥੋਂ ਜਦੋਂ ਆ ਗਈ ਉਹ ਕਹਿਣ ਲੱਗੇ ਵੀ ਆਹ ਨਿਆਣਾ ਵੀ ਕਿਹੜਾ ਉਹ ਤੈਨੂੰ ਦਿੱਤਾ ਹੁਣੇ ਇਹ ਕੁਛ ਰੱਖ ਲੈ ਲੈਣਾ ਉਹ ਕੁਛ ਉਹ ਮੈਂ ਕੁਛ ਉੱਥੋਂ ਨਾ ਉਹਨੂੰ ਕੁਛ ਉਹ ਫਿਰ ਮੂੰਹ ਹੀ ਕੁਛ ਵੀ ਚੱਲ ਗਏ ਇਹਨੂੰ ਉਹ ਦਹਿਸਰੇ ਵਿਸ਼ੇ ਜਿਹੜੇ ਭੋਲੇ ਬਾ ਇਹ ਆ ਜਦੋਂ ਕਿਤੇ ਖੂਨ ਬਰਲੀ ਆ ਨਾ ਮੈਂ ਕਿਹਾ ਮੈਂ ਬਲਦਾ ਜਾਂਦਾ ਦਿੱਲੀ ਬਲਦੀਆਂ ਉਹਨੇ ਕਿਹਾ ਅੱਛਾ ਉਹ ਜ਼ਿਆਦਾ ਲੱਗ ਗਿਆ ਬਲਣਾ ਘੋਲੇ ਚੱਲ ਗਿਆ ਉਹ ਛੱਜੂ ਖਾਂ ਹੈਂ ਛੱਜੂ ਖਾਂ ਸੀ ਜਾਂਦਾ ਰਾਜਪੂਤ ਘੋੜੇ ਚੱਲ ਕੇ ਜਿਉਂ ਉਹਨੇ ਘੋੜਾ ਫੇਰਿਆ ਤਾਂ ਗੁਜਰ ਕਰਦੇ ਮਗਰੋਂ ਆਇਆ ਉਹਨੇ ਉਹ ਕੀ ਉਹਨੂੰ ਦਿਲ ਸਮਝਿਆ ਕੰਗਣਾ
ਦੂਸਰੇ ਆਪਣੇ ਪਿੰਡ ਚ ਕੋਈ ਗੁਰਦੁਆਰਾ ਤਾਂ ਨਹੀਂ ਸੀ? ਹਾਂ, ਆਪਣੇ ਪਿੰਡ ਚ ਕੋਈ ਗੁਰਦੁਆਰਾ ਤਾਂ ਨਹੀਂ ਸੀ? ਨਹੀਂ, ਗੁਰਦੁਆਰਾ ਕੋਈ ਨਾ ਸੀ। ਕਿਨਾਰੇ ਮਲੀ ਮਲਾਈ ਵੀ ਇਹਨਾਂ ਨੇ ਹਿੰਦੂਆਂ ਨੇ ਜਿਹੜੀ ਗੁੰਮਦੀ ਸੀ ਨਾ, ਉਹਨਾਂ ਨੇ ਇੱਕ ਮਸਜਿਦ ਦੀ ਕਿਤੇ ਜਾ ਕੇ ਅੱਲਾ ਤੋਂ ਪਾਕਾ ਅੱਛਾ ਬਾਬਾ ਜੀ, ਪਿੰਡ ਵਿੱਚ ਜਿਹੜਾ ਜਿੱਥੇ ਤੁਹਾਡਾ ਘਰ ਸੀਗਾ, ਪਿੰਡ ਵਿੱਚ ਜਿੱਥੇ ਤੁਹਾਡਾ ਘਰ ਸੀ, ਉਹ ਜ਼ਰਾ ਦੱਸਿਓ ਘਰ। ਹਾਂ, ਉੱਥੇ ਤੇ ਧਨਾਂਸੂ ਦੇ ਵਿੱਚ ਜਿੱਥੇ ਘਰ ਸੀਗਾ, ਉਹਦਾ ਮੈਨੂੰ ਦੱਸਿਓ ਕਿੱਥੇ ਕਰਕੇ ਘਰ ਸੀ ਤੁਹਾਡਾ? ਸਾਡਾ ਘਰ ਸਾਹਮਣੇ ਘਰ ਦਾ ਸਾਡਾ ਘਰ ਦਾ ਸਾਹਮਣੇ ਸਾਹਮਣੇ ਕਿੱਡਾ ਕਿੰਨਾ ਵੱਡਾ ਘਰ ਸੀ? ਘਰ ਦਾ ਮਕਾਨ ਦਾ ਮਹੱਤਵ ਬਾਹਰ ਕਿੰਨੇ ਸੀਗੇ ਖੂਹ? ਬਾਹਰ ਵੀ ਬਾਬਿਆਂ ਦਾ ਇੱਕ ਹਾਲੀ ਜੀ ਨੇ ਲਾ ਦੀ ਤੀ ਇੱਕ ਉੱਪਰ ਖੂਹ ਦਾ ਸਾਡੇ ਵਾਲਾ, ਉਹ ਵੀ ਲਿਬੜ ਜਾਈਦਾ ਆਨੇ ਉੱਪਰ ਖਾਣੀਆਂ ਦੇ ਉੱਪਰ ਬਾਬੇ ਖੂਹ ਦਾ, ਇਹ ਵੀ ਲਿਬੜ ਜਾਈਦਾ ਆਹ ਬੰਦ ਬੰਦ ਖੂਹ ਦੇ। ਇਹ ਸਾਰੇ ਰਾਜਪੂਤਾਂ ਦੇ ਖੂਹ ਸੀਗੇ? ਹਾਂ, ਰਾਜ ਉੱਥੇ ਸਹੀ ਰਾਜਪੂਤ ਹਿੰਦੂ ਦਾਏ ਨਹੀਂ ਸੀ ਕੋਈ? ਨਾ, ਹਿੰਦੂ ਨਾ ਸਿੱਖ, ਸਿੱਖ ਵੀ ਕੋਈ ਨਹੀਂ ਸੀਗੇ? ਸਿੱਖ ਕੋਈ ਨਹੀਂ। ਅੱਛਾ, ਖਰਾਸ ਕਿੰਨੇ ਲੱਗੇ ਸੀਗੇ? ਹਾਂ, ਖਰਾਸ ਖਰਾਸ ਉੱਥੇ ਕੱਚੇ ਮਾਣ ਹੁੰਦੇ ਨੇ ਉੱਧਰ, ਹੁਣ ਕਹਿ ਮਾਣ ਕਰਦੇ ਮੈਂ ਪੀ ਦੂ। ਕੀ ਨਾਂ ਸੀ ਆਪਣੀ ਦਾਦੀ ਦਾ? ਕੱਚੀ। ਅਤੇ ਆਪਣੇ ਚਾਚੇ ਕਿੰਨੇ ਸੀਗੇ? ਚਾਚਾ ਆਪਣਾ ਕੋਈ ਨਹੀਂ, ਬਾਪ ਔਰ ਮਾਂ ਸੀ ਬਸ। ਅੱਛਾ ਅੱਛਾ, ਤੁਹਾਡੀ ਅੰਮੀ ਦਾ ਕੀ ਨਾਂ? ਮੇਰੀ ਅੰਮੀ ਦਾ ਨਾਮ ਹਸੀ। ਅਤੇ ਤੁਹਾਡੇ ਨਾਨਾ ਕਿੱਥੇ ਰਹਿੰਦਾ ਸੀਗਾ? ਨਾਨਾ ਤੁਹਾਡਾ? ਨਾਨਾ ਮਰ ਗਿਆ ਉੱਥੇ ਰਹਿਣਾ, ਨਾਨਾ ਦਾ ਮੈਂ ਦੇਖਿਆ ਜੀ। ਨਹੀਂ, ਉਹ ਧਨਾਂਸੂ ਦੇ ਵਿੱਚ ਹੀ ਰਹਿੰਦਾ ਸੀ? ਹਾਂ। ਅੱਛਾ, ਮਾਮੇ ਕਿੰਨੇ ਸੀ ਤੁਹਾਡੇ? ਹਾਂ, ਨਾਨਾ ਦਾ ਮੈਨੂੰ ਕੋਈ ਪਤਾ ਨਹੀਂ। ਨਹੀਂ, ਮਾਮਾ ਮਾਮਾ ਵੀ ਕੋਈ ਨਹੀਂ, ਇੱਕ ਮਾਮਾ ਤਾਂ ਉਹ ਵੀ ਮਰ ਗਿਆ ਤਾ। ਅੱਛਾ, ਪਿੰਡ ਵਿੱਚ ਦੁਕਾਨਾਂ ਸੀਗੀਆਂ? ਦੁਕਾਨਾਂ ਮਾੜਾ ਮੋਟੀਆਂ, ਕੋਈ ਕੁਛ ਲਿਆ ਕੋਈ ਕੁਛ ਲਿਆ, ਮਾੜੀਆਂ ਮਾੜੀਆਂ ਦੁਕਾਨਾਂ ਹੁੰਦੀਆਂ। ਅੱਛਾ, ਪਿੰਡ ਦੀਆਂ ਗਲੀਆਂ ਪੱਕੀਆਂ ਸੀਗੀਆਂ? ਪਹਿਲਾਂ ਕੱਚੀਆਂ ਦੀਆਂ, ਹੁਣ ਆ ਕੇ ਪੱਕੀਆਂ ਕਰਾ ਦੀਆਂ ਬੰਦਿਆਂ ਨਾਲ। ਅੱਛਾ, ਹੁਣ ਆ ਕੇ ਨਾ ਉਹ ਗਲੀਆਂ ਪੱਕੀਆਂ ਕਰਾ ਦੀਆਂ। ਅਤੇ ਦੂਸਰਾ ਘਰ ਪਿੰਡ? ਪਿੰਡ ਵੀ ਕੱਚਾ ਸੀਗਾ, ਪੱਕਾ ਨਹੀਂ ਕਰਾਇਆ। ਹਾਂ, ਪੱਕਾ ਨਹੀਂ। ਗਲੀਆਂ ਖੁੱਲੀਆਂ ਸੀਗੀਆਂ ਜਾਂ ਤੰਗ ਸੀਗੀਆਂ? ਤੰਗ ਵੀ ਕਿਵੇਂ ਖੁੱਲੀਆਂ ਹੁੰਦੀਆਂ। ਮਸੀਤ ਇੱਕੋ ਹੀ ਸੀ? ਇੱਕ ਪੱਕੀ ਬਣੀ? ਪੱਕੀ ਬਣੀ। ਉੱਥੇ ਮੌਲਵੀ ਸੀਗਾ? ਮੌਲਵੀ ਸਾਹਿਬ। ਉੱਥੇ ਕੀ ਨਾਂ ਸੀ ਮੌਲਵੀ ਦਾ? ਅੱਛਾ, ਪਿੰਡ 'ਚ ਤਰਖਾਣਾ ਦੇ ਘਰ ਵੀ ਸੀਗੇ? ਹਾਂ, ਤਰਖਾਣ ਥੇ ਮਿਸਤਰੀ। ਕਿੰਨੇ ਕੀ ਨਾਂ ਸੀ ਉਹਨਾਂ ਦੇ? ਇੱਕ ਲੋਕਾਂ ਸੀ ਦਾ, ਇੱਕ ਸਤਨਾਮ ਦਾ, ਇੱਕ ਬਾਬੂ ਦਾ, ਇੱਕ ਲਕਸ਼ਮਣ ਦਾ, ਔਰ ਚਾਰ ਭਰਾ ਦੇ। ਅੱਛਾ, ਅਤੇ ਕੋਈ ਚੁਮਾਰਾਂ 'ਚ ਕੋਈ ਤਗੜੇ ਤਗੜੇ ਬੰਦੇ ਸੀਗੇ? ਹਾਂ, ਚੁਮਾਰਾਂ ਵਿੱਚੋਂ ਕਿਸੇ ਦਾ ਨਾਂ ਜਾਣਦੇ ਹੋ? ਹਾਂ, ਕਿਹੜਾ ਚੁਮਾਰ ਦਾ,
ਨਾਮਾ ਜਮਾਤ ਦਾ ਬਾਕੀ ਬਾਕੀ ਏਦਾਂ ਦਾ ਉਹਦਾ ਨਾਮ ਵਹੀਲਾ ਲਾਲੂ ਉਹ ਵੀ ਸਾਡਾ ਹਾਨੀ ਦਾ ਤੇ ਬਾਕੀ ਦੋ ਤਿੰਨ ਹੋਰ ਤੇ ਮੈਂ ਨਾ ਬੋਲਿਆ ਕਰਦਾ ਹੁੰਦਾ ਸੀ ਨਾ ਚੰਦੀ ਦਾ ਆਦਮੀ ਅੱਛਾ ਪਿੰਡ ਵਿੱਚ ਕੋਈ ਦਰਗਾਹ ਸੀਗੀ ਦਰਗਾਹ ਹਾਂ ਕਿਸੇ ਬਾਬੇ ਦੀ ਦਰਗਾਹ ਹੋਵੇ ਪਿੰਡ ਵਿੱਚ ਦਰਗਾਹ ਦਰਬਾਰ ਦਰਬਾਰ ਲਾਲਾ ਬਾਬਾ ਦਾਨਾ ਕੀ ਨਾਂ ਸੀ ਉਹਨਾਂ ਦਾ ਨਾਮ ਨਾਮ ਜਲ ਪੀਸਦਾ ਗੱਡਿਆ ਪੀਸਦੇ ਮੇਰੀ ਲੋਕ ਦੇਖ ਇੱਕ ਮਖੌਲੀ ਜ਼ਿਆਦਾ ਬੰਦਾ ਉਹ ਥਾ ਆਪਣੇ ਫਕੀਰ ਕਹਿੰਦਾ ਬਾਬੀ ਦੇਖ ਕੇ ਨਾ ਜਾਣਦਾ ਨੂੰ ਗੁੱਲਿਆਂ ਨੂੰ ਕਹਿੰਦਾ ਬੱਲੇ ਉਹ ਪੀਰਾ ਸਵਾਦ ਆ ਗਿਆ ਉਹ ਜਾ ਕੇ ਉੱਥੇ ਕਹਿ ਦਿੱਤਾ ਉਹ ਵੀ ਉਹੀ ਮਿਲ ਦਿੱਤਾ ਭਰਾ ਪੋਲੇ ਸ਼ਾਹ ਸੀ ਪੋਲੇ ਸ਼ਾਹ ਉਹਨਾਂ ਫਿਰ ਲਾ ਕੇ ਮੀਆਂ ਸਾਹਮਣੇ ਮਿੰਨਤ ਕੀਤੀ ਹਾਂਜੀ ਮੀਆਂ ਮਾਂ ਜੀ ਮਿੰਨਤ ਕਰਕੇ ਲਿਆਏ ਉਹਨਾਂ ਲਿਆ ਕੇ ਤੋਂ ਬਾਅਦ ਗੱਲਾਂ ਕੀਤੀ ਬਈ ਚਲੋ ਜਾਣ ਦਿਓ ਮਾਫ਼ੀ ਦਿਓ ਫਿਰ ਮਾਫ਼ੀ ਮਿਲੀ ਅੱਛਾ ਉਹ ਪਿੰਡੋਂ ਬਾਹਰ ਨਿਕਲਦੇ ਹਾਂ ਬੁੱਢੇ ਵਾਲ ਸੜਕ ਦੇ ਉੱਤੇ ਕਰਕੇ ਕੋਈ ਕਬਰ ਬਣੀ ਹੋਈ ਆ ਉੱਥੇ ਕੋਈ ਸੀਗੀ ਕਬਰ ਉਹੀ ਉਹ ਸਾਡੇ ਕਬਰਾਂ 'ਚ ਉਹ ਕਬਰ ਪੱਕੀ ਸਾਡੇ ਕਬਰਾਂ 'ਚ ਉਹ ਸਾਡੀਆਂ ਕਬਰਾਂ 'ਚ ਉਹ ਪੱਕੀ ਜਿਹੜੀ ਕਬਰ ਸੀਗੀ ਉਹ ਕਿਹਦੀ ਸੀਗੀ ਇਹ ਨਹੀਂ ਪਤਾ ਉਹਦਾ ਪਤਾ ਹੀ ਨਹੀਂ ਅੱਛਾ ਉਹਦਾ ਸਾਡੇ ਜਿਹੜੇ ਬਲਾਉਂਦੇ ਉਹਨੇ ਕਿਸੇ ਨੇ ਦੱਸਿਆ ਨਹੀਂ ਵੀ ਇਹ ਕਹਿੰਦੀ ਆ ਉਹ ਕਹਿੰਦੇ ਨਹੀਂ ਉਹ ਪਿੰਡੋਂ ਨਿਕਲਦੇ ਹੋਇਆ ਕਿੰਨੇ ਕੁ ਫਾਸਲੇ ਤੇ ਸੀਗੀ ਕਬਰ ਆਉਂਦੀ ਆ ਉਹ ਕਿਹੜੀ ਉਹੀ ਜਿਹੜੀ ਪੱਕੀ ਕਬਰ ਆ ਹਾਂ ਉਹ ਕਿੰਨੀ ਦੂਰ ਆ ਪਿੰਡੋਂ ਬਾਹਰ ਪਿੰਡੋਂ ਬਾਹਰ ਸਾਰੀਆਂ ਕਬਰਾਂ ਨੇ ਮਿਲਦੀ ਉਹ ਇਧਰਲੇ ਪਾਸੇ ਚੜ੍ਹਦੇ ਬਲੇ ਅਸੀਂ ਦੇ ਚੜ੍ਹਦੇ ਪਾਸੇ ਲਹਿੰਦੇ ਪਾਸੇ ਉਹ ਇਧਰਲੇ ਪਾਸੇ ਦੀ ਅੱਛਾ ਸੜਕ ਦੇ ਨਾਲ ਵੀ ਉਹ ਸਾਡੀ ਜਾਂਦੀ ਸੀ ਮਾਮਿਆਂ ਨੂੰ ਹੋਰ ਖੇਤਾਂ ਨੂੰ ਉਹਦੇ ਨਾਲ ਸੀ ਇਹ ਕੇਸੂ ਖੁੱਲ੍ਹਾ ਤਾ ਉਹਦੇ ਨਾਲ ਸੁਣਾਉਣੇ ਕੇਸੂ ਉਹ ਇੱਕ ਮਿੰਟ ਜੀ ਬਿਲਕੁਲ ਅੱਛਾ ਉਹ ਜਿਹੜੀਆਂ ਪਿੰਡ ਵਿੱਚ ਖੁੱਡੀਆਂ ਬਣੀਆਂ ਸੀਗੀਆਂ ਹੈਂ ਖੁੱਡੀਆਂ ਹਾਂ ਖੁੱਡੀਆਂ ਸੀਗੀਆਂ ਉੱਥੇ ਹਾਂ ਉਹ ਕਾਹਦੇ ਲਈ ਖੁੱਡੀਆਂ ਦਾ ਕੀ ਕਰਦੇ ਸੀਗੇ ਖੁੱਡੀਆਂ ਜਲਦੀ ਜੁਲਦੀ ਲੈਂਦੇ ਹਾਂ ਨਾ ਉਹ ਜੂਲੇ ਚੱਕ ਕੇ ਲੈਂਦੀਆਂ ਤਾਂ ਜੂਲੇ ਲੈ ਜਿੰਨਾ ਬੁੜੀਆਂ ਘਰ ਬਹਿ ਜਾਂਦੀਆਂ ਬਾਹਰ ਨਹੀਂ ਜਾਂਦੀਆਂ ਉਹਦੇ ਜੂੜਿਆਂ ਨੇ ਆ ਕੇ ਜੂੜੀਆਂ ਨੇ ਆ ਕੇ ਚੱਕੀ ਉਹ ਜਾਂ ਕੇ ਜੋਗਲਿਆਂ ਪਾ ਕੇ ਜਾਂਦੀ ਸਵਾਸੂ ਪਾ ਕੇ ਇਹ ਖੁੱਡੀਆਂ ਕਿਹੜੇ ਪਾਸੇ ਬਣੀਆਂ ਸੀ ਪਿੰਡ ਦੇ ਇਹ ਨਹੀਂ ਖੁੱਡੀਆਂ ਬਣੀਆਂ ਉੱਥੇ ਕਿਤੇ ਖੁੱਡੀਆਂ ਨਹੀਂ ਘਰ ਘਰ ਆਪਣੇ ਆਪਣੇ ਘਰ ਬਣਾਈ ਨਹੀਂ ਘਰ ਘਰ ਆ ਕੇ ਉਹਨਾਂ ਨੇ ਚੱਕਣਾ ਅੱਛਾ ਘਰ ਘਰ ਆ ਕੇ ਚੱਕਣਾ ਅੱਛਾ ਪਿੰਡ ਵਿੱਚ ਕੋਈ ਛੱਪੜ ਵੀ ਸੀ ਨਹੀਂ ਪਿੰਡ ਵਿੱਚ ਛੱਪੜ ਕੋਈ ਨਹੀਂ ਬਿਆ ਥਾ ਅੱਛਾ ਤਕੀਆ ਵਧੀਆ ਥਾ ਉੱਚਾ ਅੱਛਾ ਪਿੰਡ ਵਿੱਚ ਕੋਈ ਦਰਖਤ ਹੋਵੇ ਜਿਵੇਂ ਪਿੱਪਲ ਸ਼ਿੱਪਲ ਹੁੰਦੀ ਇੱਕ ਬਹੁਤ ਦਾ ਮੁਨਸ਼ੀ ਖਾਣਾ ਖੜਾ ਉਹ ਮੁਨਸ਼ੀ ਖਾਣੇ ਥਾ ਇੱਕ ਬਹੁਤ ਪਿੱਪਲ ਖੜਾ ਹੁੰਦਾ ਬਸ ਇੱਕ ਮਿੰਟ ਜਿਸ ਵੇਲੇ ਆਪਾਂ ਜਾਂਦੇ ਸੀਗੇ ਨਹੀਂ ਘੱਟ ਹੀ ਉਤਰਦੇ ਸੀ ਬਾਬੇ ਦੇ ਸਾਹਮਣੇ ਪਿੱਪਲ ਖੜਾ ਸੀ ਇੱਧਰ ਦੂਏ ਨੇ ਵੀ ਲਿਆ ਉਹ ਉੱਥੇ ਵੀ ਜਿਹੜੀ ਹਲਟੀ ਸੀ ਸੁਲੇਮਾਨ ਦੀ ਚਮਾਰਾਂ ਦੇ ਨਾਲ ਉੱਥੋਂ ਸਦੀਕ ਨੇ ਪੱਟਿਆ ਸੀ ਕਿ ਨਹੀਂ ਸਦੀਕ ਸੁਲੇਮਾਨ ਦੀ ਖੂਹੀ ਦੇ ਅੱਛਾ ਨੰਬਰਦਾਰ ਦੀ ਤੇ ਉੱਥੇ ਉਹ ਸੁਲੇਮਾਨ ਦੀ ਖੂਹੀ ਦੇ ਪਿੱਪਲ ਖੜਾ ਦਾ ਜਿਹੜਾ ਉਹਨਾਂ ਨੇ ਲਿਆ
ਪਹਿਲੇ ਪੜ੍ਹ ਲਾ ਸੁਲੇਮਾਨ ਨੇ ਕਿਹਾ ਪੜ੍ਹ ਲਾ ਸਦੀਕ ਨੂੰ ਕਹਿੰਦਾ ਸਦੀਕ ਅਗਰ ਤੂੰ ਪੜ੍ਹ ਲੈਂਦੇ ਬਲ ਤੇਰੇ ਅੱਗੇ ਸਾਡੇ ਉਹ ਸਦੀਕ ਨੇ ਜਾ ਕੇ ਪੁੱਛ ਲਿਆ ਪੁੱਛਿਆ ਸਦੀਕ ਮੇਰਾ ਮਰ ਗਿਆ ਉਸੇ ਪੇਪਰ ਪੁੱਛ ਲਿਆ ਉਸੇ ਪੇਪਰ ਇੱਕ ਪੇਪਰ ਸੀ ਜੀ ਉਤਕੜਾ ਕਾਠੀ ਉੱਤਰ ਲੈਣਾ ਪਿੰਡ 'ਚ ਅੱਛਾ ਜਿਹੜੀ ਇਹਨਾਂ ਦੇ ਬਾਬਿਆਂ ਦੀ ਦਰਗਾਹ ਬਣੀ ਸੀਗੀ ਉਹ ਪੱਕੀ ਬਣੀ ਸੀਗੀ ਨਹੀਂ ਹਾਂ ਕੱਚੀ ਅੱਛਾ ਉੱਥੇ ਕੋਈ ਪੀਰਖਾਨਾ ਵੀ ਸੀ ਹਾਂ ਪੀਰਖਾਨਾ ਪੀਰਖਾਨਾ ਉੱਥੇ ਕਹਿੰਦਾ ਹੋਰ ਹੋਣਾ ਇਹਨਾਂ ਦਾ ਕਰਦੇ ਇਹਨਾਂ ਦੀਆਂ ਕਮਾਂਦੀਆਂ ਜਿਹੜੀਆਂ ਬੰਦਾ ਪੰਜ ਸੱਤ ਮੁੰਡੀਆਂ ਨਿਆਣੇ ਸਿਆਣੇ ਹੋਰ ਉੱਥੇ ਕੋਈ ਨਹੀਂ ਅੱਛਾ ਤੁਸੀਂ ਇਹਨਾਂ ਦੇ ਜਿਹੜੇ ਬਜ਼ੁਰਗ ਨਿਜ਼ਾਮਦੀਨ ਆ ਉਹਨਾਂ ਨੂੰ ਦੇਖਿਆ ਨਹੀਂ ਸਾਡੀ ਹੋਸ਼ ਤੋਂ ਪਹਿਲਾਂ ਚਲ ਗਿਆ ਅੱਛਾ ਹੋਸ਼ ਤੋਂ ਪਹਿਲਾਂ ਚਲ ਗਿਆ ਅੱਛਾ ਤੁਸੀਂ ਛੋਟੇ ਹੁੰਦੇ ਖੇਡਾਂ ਕਿਹੜੀਆਂ ਖੇਡਦੇ ਹੁੰਦੇ ਸੀਗੇ ਉੱਥੇ ਹਾਂ ਹਾਂ ਅਸੀਂ ਬਹਿ ਜਾਂਦੇ ਤੇ ਉੱਥੇ ਜਾ ਕੇ ਖੇਡਾਂ ਖੇਡਾਂ ਤੁਸੀਂ ਖੇਡਾਂ ਕਿਹੜੀਆਂ ਖੇਡੀਆਂ ਆਪਣੇ ਆਪਣੇ ਜ਼ਮਾਨੇ ਵਿੱਚ ਛੋਟੇ ਹੁੰਦਿਆਂ ਸਾਡੇ ਜ਼ਮਾਨੇ 'ਚ ਉਹਦੇ ਕੋਈ ਲੋਕ ਘੁੱਲਦੇ ਹੁੰਦੇ ਤੇ ਖੇਡ ਕੋਈ ਨਾ ਜੀ ਉਦੋਂ ਕਬੱਡੀ ਕੁਬੱਡੀ ਘੱਟਦੀ ਖੇਡ ਹੋਰ ਘੱਟਦੀ ਸਭ ਘੁੱਲਣੇ ਦਾ ਹੀ ਖੇਡਦੀ ਅੱਛਾ ਘੁੱਲਣਾ ਲੁਕਮ ਚੀਚਾਂ ਵੀ ਖੇਡ ਲਿਆਉਂਦੇ ਸੀ ਛੋਟੇ ਅਸੀਂ ਲੁਕਮ ਚੀਚਾਂ ਪੌਟ ਪੌਟ ਪਟੀਲੋ ਹਾਂ ਪੌਟ ਪੌਟ ਪਟੀਲੋ ਲੁਕਮ ਚੀਚਾਂ ਨਿਆਣੇ ਸੀਗੇ ਤੁਸੀਂ ਉਹ ਮੁੰਡੇ ਕੁੜੀਆਂ ਰਲ ਕੇ ਨੀ ਸੀ ਖੇਡਦੇ ਆਹੋ ਰਲ ਕੇ ਖੇਡ ਲੈਂਦੇ ਉਹ ਲਾਲੀਆ ਵੀ ਕਰ ਲੈਂਦਾ ਮਰਾਸੀ ਉਹਦਾ ਉਹ ਮਰਾਸੀ ਲਾਲੀਆ ਕਰ ਲੈਂਦਾ ਉਹਨੇ ਜਿਹੜੀ ਹੋਣਾ ਮੁੰਡਾ ਅੱਛਾ ਤੁਹਾਨੂੰ ਸਕੂਲੇ ਨੀ ਪਾਇਆ ਮੈਂ ਗਿਆ ਤਾਂ ਇੱਕ ਦਿਨ ਮੈਂ ਗਿਆ ਨਾ ਕਰਦਿਆਂ ਨੇ ਛਾ ਲਿਆ ਕਹਿੰਦੇ ਨਹੀਂ ਸਕੂਲੇ ਨਹੀਂ ਜਾਣਾ ਕੰਮ ਲਿਖੇ ਨਹੀਂ ਕਰਨਾ ਜੇ ਤੂੰ ਸਕੂਲੇ ਜਾਣਾ ਮੈਂ ਹੀ ਬੜਾ ਗਾ ਮੇਰੇ ਸਕੂਲੇ ਦੀ ਬਾਕੀ ਜਿਹੜੇ ਤੁਹਾਥੋਂ ਛੋਟੇ ਸੀ ਉਹਨਾਂ ਦੇ ਕੀ ਨਾਂ ਇੱਕ ਨੌ ਦਾ ਸਰਦਾਰ ਮੇਰੇ ਛੋਟੇ ਦਾ ਇੱਕ ਸ਼ੌਕ ਉੱਥੋਂ ਮਰਿਆ ਅਤੇ ਕੋਈ ਭੈਣ ਵੀ ਸੀ ਸਾਡੀਆਂ ਤਿੰਨ ਭੈਣਾਂ ਦੀਆਂ ਇੱਕ ਭੈਣ ਮਰ ਗਈ ਸੀ ਉਹਨੇ ਦੋ ਵਜੇ ਆ ਕੇ ਮਹਿਲਾਂ ਉੱਥੇ ਵੀ ਕੋਈ ਭੈਣ ਵਿਆਹੀ ਸੀਗੀ ਨਹੀਂ ਅੱਛਾ ਉੱਥੇ ਕੋਈ ਨਹੀਂ ਅੱਛਾ ਇਹ ਦੱਸੋ ਕਿ ਵੀ ਜਦੋਂ ਤੁਹਾਡੇ ਵਿਆਹ ਹੁੰਦੇ ਸੀਗੇ ਕੀ ਰਸਮਾਂ ਕਰਦੇ ਹੁੰਦੇ ਸੀਗੇ ਰਸਮਾਂ ਨਿਕਾਲੀਆਂ ਰਸਮਾਂ ਉੱਥੇ ਐਡੀਆਂ ਲੰਬੀਆਂ ਲੱਗੀ ਹੁੰਦੀਆਂ ਕਹਿੰਦਾ ਗੋਸ਼ਟ ਹੂਨ ਪਾਉਂਦੇ ਆ ਨਾ ਕੋਈ ਸੁੱਕਾ ਚੱਲਣ ਨਹੀਂ ਉਹ ਇਹ ਨਹੀਂ ਥੋੜ੍ਹਾ ਬਹੁਤਾ ਇੱਕ ਦੋ ਬੋਟੀਆਂ ਪਾਉਣੀਆਂ ਕੌਲੀ 'ਚ ਬਸ ਬਾਕੀ ਸਾਰੀ ਹੋਣੀ ਰਗਾਬੀ ਉਹ ਮਿੱਟੀ ਦੀ ਅੱਧੀ ਗੁੰਦੀ ਦੀ ਉਹ ਮਿਲਾਈ ਰਗਾਬੀ ਉਹਦੇ ਮੈਨੂੰ ਨਾ ਰੋਟੀ ਲੈਣੀ ਚੌਲ ਪਾ ਕੇ ਚੌਲ ਪਾ ਕੇ ਦੇਣੇ ਤੇਲ ਪਾਉਣਾ ਚੱਕ ਕੇ ਸੂਸੇ ਦਾ ਏਦਾਂ ਸੂਸਾ ਲਿਆ ਮੋਹਰੇ ਇੱਕ ਚੌਲ ਪਾ ਦਾ ਚਲਿਆ ਗਿਆ ਉਹਦੇ ਵਿੱਚ ਜਿੰਨੇ ਪਾਉਣੇ ਆ ਪਵਾ ਲਾ ਜਿੰਨੇ ਖਾਣੇ ਆ ਅਤੇ ਉਹਨੇ ਚੌਲ ਪਵਾ ਲਿਆ ਦੂਏ ਨੇ ਆਹਦਾ ਮਿੱਠਾ ਜਿੰਨਾ ਕਿਹਾ ਉਹਦਾ ਪਾ ਲਿਆ ਜਾਂ ਉਹਦਾ ਮਗਰ ਕੌਲਾ ਫੜਿਆ ਬਾਲਟਾ ਫੜਿਆ ਘੇਲਾ ਜੇ ਦੋ ਕੌਲੇ ਪਵਾ ਲਾ ਚਾਹੇ ਇੱਕ ਪਵਾ ਲਾ ਜਿੰਨੇ ਖਾਣਾ ਘੇ ਉਹਨਾਂ ਪਵਾ ਲਾ ਬਸ ਇੱਕ ਮਿੰਟ ਜੀ ਜਦੋਂ ਕੁੜੀ ਮੁੰਡੇ ਦਾ ਵਿਆਹ ਕਰਦੇ ਸੀ ਬਟਣਾ ਨਹੀਂ ਸੀ ਲਾਉਂਦੇ ਹਾਂ ਬਟਣਾ ਬਟਣਾ ਲਾਉਂਦੇ ਬਟਣਾ ਲਾਉਂਦੇ ਤੇ ਫਿਰ ਤੁਸੀਂ ਮੇਰਾ ਵੀ ਬੰਨਦੇ ਨੇ ਹਾਂ ਜੇ ਲਾਉਣੇ ਤਾਂ ਕੱਪੜੇ ਪਾਉਣੇ ਭਲੀ ਜੀ ਹੁੰਦੀ ਨਹੀਂ ਉਹ ਫੁੱਟ ਵਾਲੀ ਹੁੰਦੀ ਸੀ ਅਤੇ ਚਾਬੀ ਦਾ ਲੱਠਾ ਹੁੰਦਾ ਸੀ ਉਹ ਕੱਪੜਾ ਪਾਉਂਦੇ ਉਹਦਾ ਭੋਲੇ ਬਹਾਨਾ ਜਿਵੇਂ ਸ਼ਾਂ ਕੱਢਿਆ ਹੁੰਦਾ ਹੁਣ ਆਹ ਕੰਮ ਨਹੀਂ ਨਾ ਨਾ ਤੇ ਤੁਹਾਨੂੰ ਘੋੜੇ ਤੇ ਬਿਠਾਇਆ ਸੀਗਾ ਕਿਹਨੂੰ ਤੁਹਾਨੂੰ ਨਹੀਂ ਹਾਂ ਸਾਰਾ ਕਰਦਾ ਕੰਮ ਤਾਂ ਕਰਦੇ ਮੈਂ ਤਾਂ ਕਰਦੇ ਬੜਾ ਟੱਬਰ ਵੀ ਉੱਥੇ ਹੀ ਆ ਕਰ ਵੀ ਨਹੀਂ ਇੱਥੇ ਆਏ ਸੀ ਘਰ ਜਾਣਾ ਹੋਵੇ ਜਾਣਾ ਹੋਵੇ ਬਸ
ਨਾ ਫਿਰ ਇਹ ਤੁਹਾਡਾ ਜਿਹੜਾ ਵਿਆਹ ਵਾ ਕਿਹਨੇ ਪੱਕਾ ਕਰਿਆ ਸੀ? ਹਾਂ ਤੁਹਾਡੇ ਦਾਦੇ ਨੇ ਪੱਕਾ ਕੀਤਾ ਸੀ? ਤੁਹਾਡੀ ਸ਼ਾਦੀ ਨਹੀਂ, ਮਾਂ ਵੀ ਹੁੰਦਾ ਦਾਦਾ ਵੀ ਹੁੰਦਾ, ਮੈਂ ਆਪੇ ਜਾ ਕੇ ਗੱਲ ਕਰ ਲਈ ਆਪੇ? ਨਹੀਂ ਉਹ ਨਹੀਂ ਸ਼ਾਦੀ ਹੋਈ ਘਰ ਹੋਈ, ਉਹ ਮੇਰੇ ਬਾਬਾ ਹੀ ਲੱਗਦਾ ਦਾਦੇ ਦੇ ਬਾਅਦ ਮੇਰੀ ਸ਼ਾਦੀ ਹੋਈ ਆ। ਅੱਛਾ, ਉਹ ਵੀ ਦਾਦਾ ਹੀ ਲੱਗਦਾ ਤਾ ਮੇਰਾ, ਉਹਦੇ ਬਹੁਤ ਹੀ ਕੁੜੀ ਨਹੀਂ ਘਰ ਦੇ ਸ਼ਾਦੀ ਹੋਈ ਆ, ਮੀਆਂ ਸਾਹਿਬ ਨੇ ਸ਼ਾਦੀ ਕਰਾਇਆ, ਨਿਕਾਹ ਪੜਿਆ ਹੁੰਦੇ ਆ, ਮੀਆਂ ਸਾਹਿਬ ਨੇ ਨਿਕਾਹ ਪੜਿਆ ਮੇਰਾ। ਅੱਛਾ, ਫਿਰ ਕੀ ਸ਼ਾਇਦ ਉਸਲੇ ਪਕਾਈ ਸੀਗੀ ਜਦੋਂ ਤੁਹਾਡਾ ਵਿਆਹ ਹੋਇਆ? ਸਾਡਾ ਨਾ ਤੇ ਉਦਾਂ ਬਰਾਤ ਬਣਾ ਕੇ ਤੇ ਸਲਾਮ ਕਰਾਉਣ ਲਈ ਕਿਤੇ ਲੈ ਕੇ ਨਹੀਂ ਗਏ? ਹਾਂ ਕਿਤੇ ਸਲਾਮ ਕਰਾਉਣ ਤੁਹਾਨੂੰ ਲੈ ਕੇ ਗਏ ਹੁਣ? ਨਹੀਂ। ਹਾਂ ਅੱਛਾ, ਇਹ ਮਰੀਜ਼ ਦਾ ਵਿਆਹ ਹੋਇਆ, ਮਰੀਜ਼ ਦਾ ਵਿਆਹ ਹੋ ਕੇ ਆ ਗਿਆ ਉੱਥੋਂ ਰਾਣੇ ਨਾਲ ਵਕੀਲ ਦਾ, ਉੱਥੋਂ ਆ ਗਿਆ ਬਿਮਾਰ ਤੋਂ ਆ ਕੇ ਉਹਨਾਂ ਨੇ ਮੈਨੂੰ ਨਿਕਾਹ ਦੇ ਦਿੱਤਾ। ਅੱਛਾ, ਧਨਾਨਸੂ ਦੇ ਆਂਢ ਗੁਆਂਢ ਪਿੰਡਾਂ ਦੇ ਨਾਂ ਤਾਂ ਦੱਸੋ ਜਿਹੜੇ ਸਿੱਖਾਂ ਦੇ ਪਿੰਡ ਸੀਗੇ। ਸਿੱਖਾਂ ਦਾ ਪਿੰਡ ਦਾ ਕੋਈ ਸਾਹਮਣਾ ਉਹ ਵੀ ਜ਼ੋਰਦਾਰ ਨਹੀਂ, ਭਾਗਪੁਰ ਵੀ ਹੈ, ਭਾਗਪੁਰ ਵੀ ਸਿੱਖ ਰਹਿੰਦੇ ਸੀ। ਹਾਂ ਭਾਗਪੁਰ ਜਹਰਵਲੀ ਦੇ ਅੱਗੇ ਭਾਗਪੁਰ, ਭਾਗਪੁਰ ਭਾਗਪੁਰ ਕਹਿੰਦੇ ਸਿੱਖਾਂ ਦਾ ਲਾਚਾ ਮੇਰੇ ਨਾਲ ਪੜ੍ਹਦਾ ਮੁਸਲਮਾਨ ਦੇ ਜੱਜ ਨਹੀਂ, ਉਹ ਅੱਧਾ ਅੱਧਾ ਸਿੱਖਾਂ ਦਾ ਸੀ ਅੱਧਾ ਮੁਸਲਮਾਨਾਂ ਦਾ ਸੀ ਭਾਗਪੁਰ। ਅੱਛਾ, ਮੁਸਲਮਾਨ ਦੇ ਸਾਰੇ ਮੁਸਲਮਾਨ ਜੱਜ ਦੇ ਹਰਚਰਨ ਸਿੰਘ ਮੇਰੇ ਨਾਲ ਪੜ੍ਹਦਾ ਹੁੰਦਾ ਸੀ, ਹਰਚਰਨ ਸਿੰਘ ਨੰਬਰਦਾਰ ਦਾ ਮੁੰਡਾ। ਗੋਲੀ ਚੱਲੀ ਆ ਨਾ ਸਾਨੂੰ ਲਾਲੇ ਚਲਾਈ ਆ, ਕੁਹਾੜੇ ਚੱਲੀ ਗੋਲੀ, ਗੱਲ ਸੁਣ ਲਾ, ਜਿਹੜੇ ਸਾਨੂੰ ਲਾਲੇ ਗੋਲੀ ਚਲਾਈ ਆ, ਅੱਜ ਸਾਹਮਣੇ ਫਿਰ ਸਾਨੂੰ ਲਾਲੇ ਗੋਲੀਆਂ ਮਾਰਦਾ, ਅਸੀਂ ਖੜ੍ਹ ਲਿਆ ਸੀ ਮੀਆਂ ਸਾਹਮਣੇ, ਅੱਜ ਜੀ ਲੰਮੀ ਗੋਲੀ ਆ ਕੇ ਪੈਰਾਂ 'ਚ ਗਿਰੇ। ਹਾਂ ਉਹ ਭਾਗਪੁਰ ਨੂੰ ਪਾਇਆ ਜਾਂਦੇ, ਭਾਗਪੁਰ ਕੋਲ ਭਾਗਪੁਰ ਕੋਲ ਨਿਕਲ ਗਿਆ ਬਾਹੀ ਜਾਂ ਮਾਲੂ ਭਾਗਪੁਰ ਨੂੰ ਲਾਈ ਅੱਗ। ਹਾਂ ਭਾਗਪੁਰ ਨੂੰ ਲਾਈ ਅੱਗ, ਆਪਣੇ ਜ਼ਹਿਰਦਾਰ ਮਨੀਰ ਦੂਆ ਸੀ ਇੱਕ ਸਤਾਰ, ਇਹਨਾਂ ਤਿੰਨਾਂ ਨੂੰ ਫਿਰ ਟੋਲਣ ਚੱਲ ਪਿਆ ਸਿੱਖ। ਈਦ ਪੜ੍ਹ ਕੇ ਆਪਣਾ ਚੱਲਿਆ ਕਾਫਲਾ, ਆਹ ਮੁਹੰਮਦ ਸੀ ਜਿਹੜਾ ਥੋੜ੍ਹੀ ਥੋੜ੍ਹੀ ਹੁੰਦੀ ਸੀ ਚਿਕਣਕਾਣੀ, ਇਹ ਗੱਡਾ ਕਰਿਆ ਗਊ ਢੇਰ ਆ ਗਿਆ, ਫਿਰ ਆ ਕੇ ਮਤਿਆਰੇ ਰਹਿ, ਮਤਿਆਰੇ ਰਹਿ ਕੇ ਨਹੀਂ, ਮਤਿਆਰੇ ਤੋਂ ਫਿਰ ਆ ਕੇ ਕੱਕੇ ਧੌਲੇ, ਕੱਕੇ ਧੌਲੇ ਕੱਕੇ ਧੌਲੇ ਫਿਰ ਲੁਧਿਆਣੇ ਆਏ, ਨਹੀਂ ਜਦੋਂ ਤੁਸੀਂ ਘਰੋਂ ਉੱਜੜੇ ਸੀਗੇ। ਹਾਂ ਸਮਾਨ ਸਮੂਹ ਚੁੱਕ ਲਿਆ ਸੀ? ਸਮਾਨ ਚੁੱਕ ਲਿਆ, ਮੈਂ ਮਾੜਾ ਮੋਟਾ ਜਿਹਾ ਚੱਕ ਕੇ ਗੱਡੀਆਂ ਨੇ ਰੱਖਿਆ, ਗੱਡੇ ਜੋੜ ਲਿਆ, ਅਸੀਂ ਆਪਣੇ ਮਾਸੀਆਂ ਮਾਸੀਆਂ ਗਏ, ਮਾਸੀਆਂ ਆਏ ਉੱਥੇ ਰਾਤ ਨਹੀਂ ਰਾਤ ਕੱਢੀ ਆ, ਉਹ ਵੀ ਉੱਠ ਗਏ ਨਾਲ ਸਾਡੇ ਸ਼ਹਿਰ ਬੰਦ ਸਿੱਧੇ ਹੋ ਗਏ, ਮੁਰਗੇ ਆ ਗਿਆ ਅਸੀਂ ਮੰਡਿਆਲੇ, ਮੰਡਿਆਲੇ ਕਹਿੰਦੇ ਆਪ ਤਾਂ ਉੱਠ ਲਿਆ, ਸਾਨੂੰ ਵੀ ਜਾਣ ਲੱਗੇ, ਅਸੀਂ ਬੈਠੇ ਨਹੀਂ ਜਾਣੇ, ਉਹ ਆਪ ਉੱਜਲ ਗਏ ਸਾਡੇ ਉੱਥੇ ਬੈਠੇ ਨਹੀਂ ਉੱਜਲ ਗਏ, ਅਸੀਂ ਆ ਜਾਓ ਜਾਂਦੇ ਕਿਉਂ ਆ ਜੇ ਉੱਥੋਂ ਹੀ ਉੱਜਲੇ ਨਾ, ਉਹਨੇ ਖਾਸੀ ਪਰ ਗੋਲੀ ਚੱਲੀ ਜਿਹਨੇ ਇੱਥੋਂ ਸੁਣਿਆ, ਫਿਰ ਜਾ ਕੇ ਆਪਣੇ ਰੌਂਦਾ ਗਿਆ ਸੀ, ਰੌਂਦਾ ਆ ਗਿਆ ਫਿਰ ਸਭਾ ਜਿਹੜੀ ਬਣ ਲਈ ਉਹ ਰੋਣ ਵਾਲੇ ਕੋਈ ਜਿਹੜੀ ਬਣ ਲਈ ਸੀ, ਅਸੀਂ ਕਿਹਾ ਤੁਸੀਂ ਕਿਹੜਾ ਰਹਿਣਾ ਇੱਥੇ ਕੋਈ ਨਾ, ਉਸ ਮੇਲ ਨੂੰ ਅਸੀਂ ਉੱਠੇ ਜਾਂ ਪਿੰਡ ਲਿਖਿਆ, ਪਿੰਡ ਸਾਰੇ ਜੰਦਰ ਲੱਗਿਆ, ਮਾਂ ਜੋ ਰਾਤ ਦੇ ਭੱਜ ਕੇ ਆਉਂਦੀ ਹੈ, ਹਾਂਜੀ ਅਸੀਂ ਸਾਂਭੋ ਹਾਂਜੀ, ਹੋਰ ਵਾਰੇ ਵਾਰੇ ਆਦਮੀ ਗੋਲੀ ਹੁੰਦੀ ਹੈ, ਅਸੀਂ ਹੀਰਾ ਦੇ ਆ ਗਿਆ ਉੱਜੜ ਕੇ, ਅਸੀਂ ਹੀਰਾ ਦਾ ਮੱਖੀ ਖੇਲੀ ਆ ਖੇਲੀ ਖੇਲੀ ਆ, ਦਿੱਲੀ ਮਰ ਲਿਆ ਬਣ ਕੇ ਪਾਓ,
ਕਹਿੰਦੇ ਚੌਲੀ ਗੱਲ ਸੁਣ ਲੈ ਸਾਡੀ ਦੱਸ ਕਹਿੰਦਾ ਬਈ ਅਸੀਂ ਸਾਨੂੰ ਜਿਹੜੀ ਨਹੀਂ ਮਿਲਦੀ ਕੁਛ ਨਹੀਂ ਮਿਲਦਾ ਜੇ ਕਹੋ ਆ ਘਾਹ ਵਿੱਚ ਅਸੀਂ ਅਤੇ ਡੰਗਰ ਛੱਡ ਦਈਏ ਚਾਰੋ ਘਾਹ ਤੁਹਾਡਾ ਹੀ ਆ ਅਸੀਂ ਘਾਹ ਰੱਖਣਾ ਉਹਨਾਂ ਬਾਲ ਛੱਡ ਦਿਓ ਕਹਿੰਦੇ ਅਸੀਂ ਵੱਢਾਂਗੇ ਪਾਵਾਂਗੇ ਇਹਨਾਂ ਨੇ ਹੁਣ ਰੱਜ ਲੈਣਾ ਇੱਥੇ ਘਾਹ ਜਾਂਦਾ ਘਾਹ ਖੜਦਾ ਨਹੀਂ ਰੱਖਿਆ ਸਾਰੇ ਪਿੰਡਾਂ ਵਾਲਾ ਜ਼ਮੀਨ ਸਾਡੇ ਪਿੰਡ ਜ਼ਿਆਦਾ ਸੀ ਅਸੀਂ ਦੁਨੀਆਂ ਹੋ ਕੇ ਚੱਲੀ ਹਾਏ ਹਾਏ ਉਸ ਵੇਲੇ ਤੁਹਾਡੇ ਜਿਹੜੇ ਬਡਾਰੂ ਸੀਗੇ ਉਹ ਕੀ ਕਹਿੰਦੇ ਹੁੰਦੇ ਸੀਗੇ ਜਦੋਂ ਪਾਕਿਸਤਾਨ ਬਣ ਗਿਆ ਉੱਜੜਨਾ ਪੈ ਗਿਆ ਸਿਆਣੇ ਨਾਲ ਉੱਠ ਕੇ ਆਵੇ ਅੱਛਾ ਪਿੰਡ ਵਿੱਚ ਉਸ ਵੇਲੇ ਕਿਸੇ ਕੋਲ ਰੇਡੀਓ ਸੀਗਾ ਰੇਡੀਓ ਨਹੀਂ ਨਾ ਰੇਡੀਓ ਨਾ ਸਾਈਕਲ ਕੋਈ ਸ਼ਾਇਦ ਨਹੀਂ ਇੱਕ ਤਵੇ ਵਾਲਾ ਬਾਜਾ ਹੋਣਾ ਸਾਡੇ ਕੋਲ ਹੈ ਨੀ ਜਦ ਕੋਠੇ ਭਰਦੇ ਸੀ ਜਿਹਨੂੰ ਸਾਡਾ ਭੂਖ ਨਾ ਲੱਗਿਆ ਸੀ ਸੂਈਆਂ ਵਾਲਾ ਹਾਂਗ ਕਾਂਗ ਤੋਂ ਆਇਆ ਸੀ ਸਾਡੇ ਕੋਲ ਹੈ ਨੀ ਸੀ ਮਸ਼ੀਨ ਸਾਈਕਲ ਵੀ ਸਾਡੇ ਕੋਲ ਸੀ ਉਹ ਤਵੇ ਵਾਲੀ ਮਸ਼ੀਨ ਵੀ ਸਾਡੇ ਸਾਈਕਲ ਹਾਂਜੀ ਅਤੇ ਉਹ ਉਹਦੇ 'ਤੇ ਲੱਗੇ ਹੁੰਦੇ ਸੀ ਇਹਦੇ ਜਲੰਧਰੀ ਇਹਦੇ ਕੀ ਤੇਰੇ ਮਗਰ ਕਿੰਨੇ ਨਹੀਂ ਜਾਣਾ ਖੜੀ ਹੋ ਕੇ ਗੱਲ ਸੁਣ ਰਿਹਾ ਸਾਨੂੰ ਵਿੱਚ ਸਿੱਟਿਆ ਵੇਚਿਆ ਜਾਣਾ ਤੇ ਆਪ ਤਾਂ ਮੱਲੀਆਂ ਬਾਗਨੇ ਦੇ ਰਿਕਾਰਡ ਮਾਰ ਫਤੇ ਹੁੰਦੇ ਸੀ ਉਸ ਮਸ਼ੀਨ ਦੇ ਉੱਪਰ ਦੁਆਰ ਲੱਗੀ ਤੇ ਹੋਇਆ ਨਾ ਰਾਤ ਨੂੰ ਜਿਹੜੇ ਸਾਡੇ ਕੋਠੇ ਸੀ ਸਾਰਾ ਭਰਿਆ ਹੁੰਦਾ ਸੀ ਸਾਰੇ ਇਕੱਠੇ ਹੋ ਜਾਂਦੇ ਸੀ ਉਸ ਵੇਲੇ ਸਾਡੇ ਕੋਲ ਸੀ ਜੀ ਮਸ਼ੀਨ ਉਹ ਫਿਰ ਅੱਗੇ ਜਦੋਂ ਪਿੰਡ ਛੱਡਿਆ ਸੀਗਾ ਫਿਰ ਕਿੱਧਰ ਨੂੰ ਗਏ ਸੀਗੇ ਸਾਰੀ ਗੱਲ ਸੁਣਾਓ ਉੱਥੋਂ ਫਿਰ ਅਸੀਂ ਨਾ ਉੱਥੋਂ ਉੱਠੇ ਮਾਸੀਆਂ ਦੇ ਮੱਤੇ ਵਾਲੇ ਫਿਰ ਬੜਾ ਦਾ ਨੌ ਮੈਂ ਅੱਗੇ ਵੀ ਲਿਆ ਕੱਕੇ ਧੋਲ ਵੀ ਆਏ ਸੀ ਹਾਂ ਕੱਕੇ ਧੋਲ ਨਹੀਂ ਕੱਕੇ ਧੋਲ ਬਣ ਸੀ ਇੱਧਰ ਨਹੀਂ ਆਏ ਨਾ ਉੱਪਰ ਕੱਕੇ ਧੋਲ ਬੜੇ ਦੇ ਹੈਗੇ ਸੀ ਉਦੋਂ ਮੈਨਾਂ ਉੱਠੇ ਅਸੀਂ ਰੌਂਦੀ ਆਏ ਰੌਂਦਾ ਦੇ ਉੱਠੇ ਜਿਉਂ ਉੱਠੇ ਆ ਉਦੋਂ ਜਿਉਂ ਹੱਕੇ ਅਗਰ ਮੈਂ ਅਗਰ ਕੰਬ ਲੱਗ ਗਿਆ ਮੈਂ ਕੰਬ ਲੱਗ ਗਿਆ ਚਲੋ ਕੰਬ ਨੂੰ ਇੱਥੇ ਆ ਗਿਆ ਸ਼ਹਿਰ ਇੱਥੇ ਸ਼ੌਣੀ ਸ਼ੌਣੀ ਜੀ ਲੱਗਿਆ ਨਾ ਕੰਬ ਫਿਰ ਇੱਥੇ ਆ ਗਿਆ ਇੱਥੇ ਆ ਬਸ ਇੱਥੇ ਆ ਗਿਆ ਕੁਝ ਗੱਲਾਂ ਵੀ ਹੋਈ ਆ ਬਾਰਿਸ਼ਾਂ ਬਹੁਤ ਪੈਂਦੀਆਂ ਹੁੰਦੀਆਂ ਪਾਣੀ ਇੰਨਾ ਜਲ ਗਿਆ ਦਰਿਆ ਅੰਨਾ ਪਾਣੀ ਫਿਰੇ ਕਦੇ ਅੰਨਾ ਆ ਜਾਏ ਕਦੇ ਡੋਬੂ ਅਸੀਂ ਗੱਡੀਆਂ ਪਰ ਬੈਠੇ ਹਾਂ ਪਤਾ ਹੀ ਨਹੀਂ ਲੱਗਿਆ ਮੈਂ ਬਣ ਕੀ ਗਿਆ ਮੈਂ ਕਹਿੰਦਾ ਬਚ ਰਿਹਾ ਸੀ ਇੰਨਾ ਗੱਡੀ ਜੋੜ ਲਿਆ ਸੀ ਡੰਗਰ ਉਦੋਂ ਰਹਿ ਗਿਆ ਉਹ ਮੰਜਾਂ ਮੁੰਜਾਂ ਰਹਿ ਗਈਆਂ ਕੋਈ ਹੱਕ ਲੈ ਅਸੀਂ ਮੁੰਡੇ ਮੂਹਰੇ ਲਾਏ ਉਹ ਮੁੰਡੇ ਕੋਲ ਉਹ ਸਾਰੀਆਂ ਮੱਝਾਂ ਗੁੰਮ ਹੋ ਗਈਆਂ ਇੱਕ ਮੈਂ ਰਹਿ ਗਈ ਮੈਨੂੰ ਗੱਡੇ ਜੋੜੇ ਅਸੀਂ ਜੋੜ ਕੇ ਨਾ ਜਿਹੜੇ ਪਹਿਲਾਂ ਗੱਡੀ ਚੜ੍ਹ ਗਿਆ ਉਹ ਚੜ੍ਹ ਗਿਆ ਬਾਪ ਫਿਰ ਇੰਨਾ ਛੌਣੀ ਚਲੇ ਗਿਆ ਫਿਰ ਛੌਣੀ ਜਾ ਕੇ ਬਹਿ ਗਏ ਉਹਨੇ ਮੈਂ ਬੂਖੇ ਲਿਆ ਮਾਰੋ ਬਸ ਕਾਕੂ ਖਿਲਾਉਣੇ ਰਾਤ ਨੂੰ ਜਾ ਕੇ ਚੋਰੀ ਮੋੜੀ ਅਤੇ ਮਾਲ ਨੂੰ ਪਾਉਣੇ ਹੈ ਕਿੰਨੇ ਦਿਨ ਰਹੇ ਸੀਗੇ ਉੱਥੇ ਮੌਤ ਜਿਹੜੇ ਹੈ ਮੇਰੇ ਉੱਥੋਂ ਹੀ ਉੱਠ ਕੇ ਚੱਲ ਪਾਵੇ ਉੱਥੋਂ ਉੱਠ ਕੇ ਨਾ ਸੋਨੀ ਚੋਂ ਫਿਰ ਉਹਨਾਂ ਕਾਫਲਾ ਕੱਢਿਆ ਅਸੀਂ ਕਾਫਲਿਆਂ ਗੱਲੇ ਜੋੜੇ ਜੋੜ ਕੇ ਕਾਫਲੇ ਬੱਜਣ ਲੱਗ ਪਏ ਉਹ ਮੁੱਲਾ ਗੱਡੇ ਦਾ ਨਾ ਹੱਡੀ ਵਾਲਾ ਮੁੱਲਾ ਹੱਡੀ ਵਾਲਾ ਕਿੱਥੇ ਦਾ ਤਾ ਮੈਨੂੰ ਨਹੀਂ ਪਤਾ ਮੁੰਡਾ ਦਾ ਮੈਨੂੰ ਨਜ਼ੀਰ ਤੇ ਮੁੱਲਾ ਦੋ ਭਾਈ ਸੀ ਨਾ ਮੇਰੀ ਯਾਦ ਨਹੀਂ ਇਸ ਵੇਲੇ ਭੁੱਲ ਗਿਆ ਮੈਂ ਉੱਥੇ ਆ ਗਿਆ ਉੱਥੇ ਆ ਕੇ ਉਹਨਾਂ ਕੰਬ ਲਾ ਤਾ ਆਪਣਾ ਕੰਬ ਨਿਕਲਿਆ ਅੱਧਾ ਉੱਥੇ ਰਹਿ ਗਿਆ ਲੁਧਿਆਣੇ ਅੱਧਾ ਇੱਥੇ ਆ ਗਿਆ ਕੰਬ ਬਹੁਤ ਬੜਾ ਵਾ ਇੱਥੋਂ ਫਿਰ ਤੋੜਤਾ ਫਿਰ ਤੋੜਿਆ ਨਾ ਮੋਹਰੇ ਆ ਗਿਆ ਮੋਗਾ ਜਗਰਾਮਾ ਜਗਰਾਮੀ ਕੰਬ ਲੱਗ ਗਿਆ ਜੇ ਮੈਂ ਜਗਰਾਮੀ ਫਿਰਨਾ ਕਾਫਲਾ ਹੋ ਗਿਆ ਬਈ ਸਾਰਾ ਕੱਠਾ
ਪਿਛਲਾ ਸਾਰੇ ਆ ਗਏ, ਲੁਧਿਆਣੇ ਸਾਰੇ ਆ ਗਏ। ਇਸੋ ਫਿਰਨਾ ਜਿਉਂ ਤੋੜਿਆ, ਅੱਜ ਪਹਿਲ ਰੱਖਾਇਆ ਜੀ ਜੀ ਰੱਖ ਲਈ ਵੀ ਅੱਜ ਪਹਿਲ ਨਹੀਂ ਆਪਾਂ ਇਹਨਾਂ ਨੂੰ ਛੱਡਣਾ, ਮਿਲ ਫਿਰੀ ਜਾਵੇ ਮੁਸਲਮਾਨਾਂ ਦੀ ਮਿਲ ਜਾਓ। ਉਹ ਤਾਂ ਗਲੀ ਫਿਰਦੇ ਨੇ ਮੁਸਲਮਾਨ, ਬਾਕੀ ਉਹਨਾਂ ਦੀ ਮਿਲ ਨਹੀਂ ਖੜੀ ਵੀ ਇਹ ਚੱਲ ਪਾ। ਫਿਰ ਉੱਥੋਂ ਜਿਉਂ ਚੱਲੇ, ਰਾਤ ਵੀ ਚੱਲੇ ਰਹੇ, ਦਿਨ ਵੀ ਚੱਲੇ ਰਹੇ, ਪਹਿਲਾਂ ਅਸੀਂ ਮਾਲ ਵਾਲੇ ਆਏ ਆਪਣੇ ਫਿਰੋਜ਼ਪੁਰ ਹੈ ਮੱਲ ਵਾਲੇ, ਮੱਲ ਵਾਲੇ ਆ ਕੇ ਨਾ ਉੱਥੇ ਮੈਂ ਅਸੀਂ ਜਾਇਜ ਵੀ ਨਹੀਂ, ਉਹਦੇ ਮੈਂ ਉਹਦੇ ਫਿਰ ਰੋਟੀਆਂ ਰੁਟੀਆਂ ਪੱਕੀਆਂ ਖਾਧੀਆਂ, ਛੋਟੀ ਛੋਟੀ ਪੂਰੀ ਦੀ ਜਿਹੜੀ ਕੋਲ ਡੰਗਰਾਂ ਨੂੰ ਉਹ ਪਾਣੀ ਪੂਣੀ ਪਿਲਾਇਆ ਡੰਗਰਾਂ ਨੂੰ, ਉਹ ਬੰਦਾ ਪਿੱਛੇ ਪਿੱਛੇ ਪਾਤੇ ਅਤੇ ਨਾ ਰੋਟੀ ਖਾਧੀ ਉੱਥੇ ਦਿਹਾੜੀ ਮੈਂ ਬੈਠੇ ਲੈ। ਅਗਲੇ ਦਿਨ ਉਦੋਂ ਫਿਰ ਨਿਕਲ ਕੇ ਚੱਲ ਪਏ, ਇਹ ਚੱਲ ਪਾ ਜਿਉਂ ਚੱਲੇ ਆ ਫਿਰੋਜ਼ਪੁਰ ਦੇ ਮਸ਼ੀਨਾਂ ਬਾਜ਼ਾਰ ਦਾ ਫਿਰੋਜ਼ਪੁਰ ਦਾ ਮਸ਼ੀਨਾਂ ਮੁੜ ਨਹੀਂ ਨਾ ਦਾ ਆ ਜਾਂਦੇ ਨੇ ਆਉਂਦੇ ਨੇ ਮਾਲ ਲਾਲਾ ਲਾਲਾ ਹੁੰਦੇ ਨੇ। ਮੈਂ ਫਿਰਨਾ ਸੀ ਅਸੀਂ ਗਾਉਣਾ ਗਾ ਮਗਰੋਂ ਸਾਰੇ ਫਿਰ ਉਹਦੇ ਗਾਉਣ ਜਾਏ ਫਿਰ ਉੱਥੇ ਗੱਡੀਆਂ ਦੋ ਨੂੰ ਪਏ ਉਹ ਛੋਟੀਆਂ ਛੋਟੀਆਂ ਮਾਲੀਆਂ ਉਹਨਾਂ ਨੇ ਗੱਡੀਆਂ ਲਿਆਉਂਦੇ ਫਿਰ ਮਿਲਦੇ ਦਾਮ ਦਿੱਤੀ ਵੀ ਇਹ ਕੀ ਕਰਨੇ ਆ। ਫਿਰ ਨਾਂਗਾ ਫਿਰ ਲੰਘੇ ਫਿਰ ਨਾ ਅਸੀਂ ਕਸ਼ਮੂਰ ਜਿਉਂ ਉੱਥੋਂ ਉੱਠ ਕੇ ਮੈਂ ਕਸ਼ਮੂਰ ਲਿਖਾ ਤੇ ਕਸ਼ਮੂਰ ਕਸ਼ਮੂਰ ਆ ਗਏ ਫਿਰ ਰਾਤ ਪੈ ਆ ਕੇ ਕਸ਼ਮੂਰ ਕੱਢੀ ਬਹੁਤ ਮੁਸੀਬਤ ਸੀ। ਅੱਲਾਹ ਮਾਫ ਕਰੇ ਅੱਲਾਹ ਮੈਂ ਬੰਦਾ ਹੈਗੀ ਮਿਹਨਤ ਕਰੇ ਪਰ ਬਾਬੇ ਨਾ ਜਿਹੜੀ ਮਸ਼ੀਨ ਕੱਢੀ ਆ ਅੱਲਾਹ ਅੱਲਾਹ ਦਾ ਆਪਣਾ ਗਰਮ ਕਰੇ ਹਾਲ ਇੱਕ ਨੇ ਬਸ ਕਸੂਰ। ਫਿਰ ਇੱਕੋ ਰਾਤ ਰਹੇ ਸੀਗੇ ਦੋ ਦਿਨ ਰਾਤਾਂ ਰਹਿ ਕਸੂਰ ਮਨ ਨਹੀਂ ਸਾਡੇ ਕੋਲ ਉਹ ਅਸੀਂ ਪਿਆਏ ਕਸੂਰ ਆ ਕੇ ਪਿਆ ਕੇ ਬੰਦਾ ਨੂੰ ਆਟਾ ਉੱਠਾ ਮੈਂ ਬੰਦ ਲਿਆ ਉੱਥੇ ਦੋ ਦਿਨ ਫਿਰ ਇਹਨਾਂ ਨੂੰ ਪਤਾ ਲੱਗ ਗਿਆ ਇੱਥੇ ਜਿਹੜੇ ਪਹਿਲਾਂ ਗੱਡੀ ਚਲੇ ਗਏ ਉਹਨਾਂ ਨੇ ਨਾ ਇੱਥੋਂ ਇਹ ਵੀ ਚਲੇ ਗਿਆ ਫਸਲ ਨੰਬਰਦਾਰ ਅਤੇ ਹੋਰ ਕਹਿੰਦੀ ਥੱਲੇ ਮਾਰ ਲੱਗੇ ਲੱਗਾ ਤਿੰਨ ਚਾਰ ਦਿਨ ਉੱਥੇ ਚਲੇ ਗਏ ਉੱਥੇ ਗਿਆ ਕਿ ਫਿਰ ਅੰਮ੍ਰਿਤਸਰ ਦਾ ਆ ਗਿਆ ਹਜੇ ਵੀ ਆ ਗਿਆ ਸਾਰੇ ਫਜਲ ਲਾ ਕੇ ਗਿਆ ਆ ਫਜਲ ਕਹਿੰਦਾ ਮਾਂ ਸਾਡੇ ਨਾਲ ਚੱਲਿਓ ਅਸੀਂ ਵੀ ਆ ਜਾ ਸਾਡੇ ਨਾਲ ਆ ਜਾ ਗੱਡੀਆਂ ਫਜਲ ਆ ਜਾ ਫਿਰ ਪਹਿਲਾਂ ਅਸੀਂ ਗੱਡੀਆਂ ਬੁਲਾਉਂਦੇ ਜਿਉਂ ਚੱਲੇ ਜਿਉਂ ਚੱਲੇ ਫੈਸਲਾਬਾਦ ਨਾਲਾ ਇੱਥੇ ਆ ਗਿਆ ਲਹਿਰਪੁਰ ਦਾ ਫੈਸਲਾਬਾਦ ਦਾ ਗੱਲ ਬਣਿਆ ਰੁਕੇ ਰਾਤ ਕੱਢਣੀ ਚੱਲ ਪਾਇਆ ਕੋਈ ਨਹੀਂ ਪਤਾ ਕਿੱਥੇ ਰੁਕੇ ਨਾ ਤਾਂ ਫਿਰ ਗੁਲਾਲੀਪੁਰ ਕਦੋਂ ਆਏ ਸੀਗੇ ਗੁਲਾਲੀਪੁਰ ਆਏ ਨੇ ਗੁਲਾਲੀਪੁਰ ਬੈਠੇ ਨੇ ਪਹਿਲਾਂ ਆ ਕੇ ਬੰਦੇ ਨਾਲ ਪਹਿਲਾਂ ਬੈਠੇ ਨੇ ਜਾ ਕੇ ਆਇਆ ਜਾ ਕੇ ਉਹਨਾਂ ਨੇ ਕਣਕ ਬੀਜੀ ਜੀ ਅੱਛਾ ਫਿਰ ਜਦੋਂ ਅਸੀਂ ਆਏ ਹਾਂ ਨਾ ਉਦੋਂ ਗੁਲਾਲੀਪੁਰ ਕਣਕ ਬੀਜੀ ਨਹੀਂ ਉਹ ਜਿਹੜੇ ਗੁਲਾਲੀਪੁਰ ਦੇ ਵਿੱਚ ਸਰਦਾਰ ਰਹਿੰਦੇ ਸੀਗੇ ਉਹਨਾਂ ਨੇ ਕਣਕ ਬੀਜੀ ਸੀਗੀ ਨਾ ਉੱਥੇ ਸਰਦਾਰ ਕਹਿੰਦਾ ਨਾ ਲੈਂਦਾ ਨਹੀਂ ਉਹ ਉੱਥੇ ਪਾਕਿਸਤਾਨ ਬਣਨ ਤੋਂ ਪਹਿਲੇ ਸਿੱਖ ਰਹਿੰਦੇ ਸੀਗੇ ਨਾ ਗਲਾਲੀ ਕੱਢ ਕੇ ਸਭ ਨਿਕਲ ਗਿਆ ਕੋਈ ਨਹੀਂ ਇੱਥੇ ਸੰਸਾਨ ਵੀ ਸਭ ਸੰਸਾਨ ਪਈ ਗਈ। ਅੱਛਾ ਇਸ ਪਿੰਡ ਵਿੱਚ ਗਲਾਲੀਪੁਰ ਵਿੱਚ ਗੁਰਦੁਆਰਾ ਸੀਗਾ ਹਾਂ ਗੁਰਦੁਆਰਾ ਸਾ ਪੱਕਾ ਕੱਚਾ ਪੱਕਾ ਜੀ ਕੱਚਾ 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 ਉਦੋਂ ਕੱਚਾ ਤਾਂ ਪਤਾ ਪਤਾ ਨਹੀਂ ਲੱਗਦਾ। ਅੱਛਾ ਛੱਪੜ ਕਿੰਨੇ ਸੀਗੇ ਕਿੱਥੇ ਉਹ ਗੁਲਾਲੀਪੁਰ ਗੁਲਾਲੀਪੁਰ ਛੱਪੜ ਇੱਕ ਦੋ ਤਿੰਨ ਚਾਰ ਚਾਰ ਛੱਪੜ ਤੁਹਾਡਾ ਫਿਰ ਸਾਰੇ ਜੀ ਖੈਰ ਖਰੀਦਣਾ ਆ ਗਏ ਸੀਗੇ ਹਾਂ ਅਸੀਂ ਖੈਰ ਨਾ ਆ ਗਏ ਆਪਣੀ ਮੱਝਾਂ ਗਾਵਾਂ ਵੀ ਨਾਲ ਲੈ ਕੇ ਆਏ ਮੱਝ ਮੁੱਝ ਕੋਈ ਨਹੀਂ ਆਈ ਫਿਰ ਅੱਛਾ ਫਿਰ ਜ਼ਮੀਨ ਵੀ ਲੱਭ ਗਈ ਜਿਹੜੀ ਪਿੱਛੇ ਛੱਡ ਕੇ ਆਏ ਸੀਗੇ ਉਹ ਜ਼ਮੀਨ ਕੰਮ ਲੱਗਿਆ ਕੁਛ ਨਹੀਂ ਆ ਕੇ ਖਰਾਬਾ ਹੀ ਹੈ ਉਹ ਜ਼ਮੀਨ ਤਾਂ ਗੁੰਮ ਹੋ ਗਈ ਉੱਥੇ ਗੱਲ ਹੋਰ ਸੀ ਦੇਸ਼ ਜਾਇਦਾਦ ਉੱਧਰ ਤਾਂ ਅੰਗਰੇਜ਼ ਲਾਲ ਲਾਲ ਨੇ ਤੰਬੂ ਲਾ ਦੇਣੇ ਲਾਲ ਲਾਲ ਵਿੱਚ ਅੰਗਰੇਜ਼ ਨੇ ਆਉਣਾ ਉਹਨੇ ਕਹਿਣਾ ਹਾਂ ਲਾਲਾ ਕਾਵਲ
ਆਰਮ ਉਹ ਮਰਦਾ ਜੋੜੀ ਆ ਮੈਂ ਉਹਦੇ ਮਰਿਆ ਦਾ ਗਰੀਬ ਵਿਚਾਲੀ ਮਾਮਲਿਆਂ ਦੇ ਮਾਮਲਿਆਂ 'ਚ ਭਰਿਆ ਜਾਂਦਾ ਬਹੁਤ ਔਖਾ ਅਖੀਰ ਪੈਸਾ ਵਿਕਿਆ ਹੋ ਗਿਆ ਮਾਮਲਾ ਸਾਡਾ ਅੱਛਾ ਉਹ ਪੈਸੇ ਵਿਕੇ ਪਲੀਜ਼ ਨੇ ਇੰਨਾ ਗੋਲ ਕਰ ਤੇਰਾ ਬੋਲੋ ਹੈ ਜੇ ਯਾਰ ਪੈਸੇ ਵੀ ਦੇਣੇ ਨਾ ਯਾਰ ਪੈਸੇ ਮੈਂ ਸਾਡੀ ਜ਼ਿਆਦਾ ਦੱਸੇ ਮਰਬਿਆਂ ਦੇ ਮਾਲਕ ਹੁੰਦੇ ਬਹੁਤ ਜ਼ਿਆਦਾ ਸੀ ਉੱਥੇ ਕਿੰਨੇ ਕੁ ਮਾਂ ਜ਼ਮੀਨ ਸੀ ਤੁਹਾਡੀ ਉੱਥੇ ਤਾਂ ਮਾਮਾ ਦਾ ਕੋਈ ਪਤਾ ਨਹੀਂ ਸੀ ਉੱਥੇ ਹੀ ਖੇਤ ਅੱਛਾ ਕੋਈ ਦਸ ਬਿੱਲੇ ਦਾ ਕੋਈ ਅੱਠ ਬਿੱਲੇ ਦਾ ਕੋਈ ਦੋ ਬਿੱਲੇ ਦਾ ਕੋਈ ਚਾਰ ਬਿੱਲੇ ਦਾ ਇਹ ਖੱਤੇ ਹੁੰਦੇ ਸੀ ਅੱਛਾ ਫਸਲਾਂ ਕਿਹੜੀਆਂ ਕਿਹੜੀਆਂ ਹੁੰਦੀਆਂ ਸੀ ਤੁਹਾਡੇ ਪਹਿਲਾਂ ਤਾਂ ਮੋਠ ਮਾਠ ਬੀਜਦੇ ਪਏ ਮੋਰ ਮਿਲਣੇ ਸੋਣੀ ਨੇ ਮੱਕੀ ਮਿਲਣੀ ਆ ਹੁਣ ਆ ਕੇ ਬਹਿਣਾ ਅੱਲਾ ਦੀ ਯਾਦ ਨੇ ਬਿਆਸ ਹੋਣੀ ਮੂੰਗਫਲੀ ਲੱਗਾ ਬੀਜਣ ਔਰ ਬਾਹਰ ਆ ਕੇ ਜ਼ਮੀਨ 'ਤੇ ਬਹੁਤ ਲੱਗਾ ਤਲੇ ਹੋ ਗਏ ਜਾਂ ਮੂੰਗਫਲੀ ਬੀਜਣ ਲੱਗੇ ਕਾਂ ਕੂੰ ਸਾਰੇ ਪੜ ਪੁੜ ਲੱਗੇ ਪਹਿਲਾਂ ਤਾਂ ਬਹੁਤ ਕੰਮ ਚੱਲਣਾ ਹੁਣ ਤਾਂ ਧਨਾਨਸੂ ਕਦੀ ਯਾਦ ਆਇਆ ਨਾ ਫਿਰ ਜਿਹੜਾ ਤੁਹਾਡੇ ਨਾਲ ਦੇ ਖੇਡਣ ਵਾਲੇ ਉਹ ਡੇਲੀ ਸੀਗੇ ਤੁਹਾਡੇ ਉਹ ਚਾਹੇ ਉਹ ਚੂੜੀਆਂ ਦੇ ਸੀ ਜਾਂ ਜਿਹੜੇ ਚਮਾਰਾਂ ਦੇ ਮੁੰਡੇ ਸੀਗੇ ਉਹ ਕਦੀ ਨਹੀਂ ਯਾਦ ਆਏ ਕੋਈ ਯਾਦ ਆਉਣਾ ਉਹ ਯਾਦ ਨਹੀਂ ਆਉਂਦਾ ਚਮਾਰਾਂ ਦਾ ਅਤੇ ਜਦੋਂ ਤੁਸੀਂ ਉੱਥੋਂ ਉੱਜੜੇ ਸੀਗੇ ਇਹਨਾਂ ਨੇ ਤੁਹਾਡੀ ਕੋਈ ਮਦਦ ਨਹੀਂ ਕੀਤੀ ਉਹਨਾਂ ਨੇ ਕੋਈ ਗੱਲ ਨਹੀਂ ਕੋਈ ਪਿੱਛੇ ਕੋਈ ਜਾਨਵਰ ਜੂਨਵਰ ਪਹੁੰਚਾਉਂਦਾ ਪੱਠੇ ਪੁੱਠੇ ਲੈ ਕੇ ਆਉਂਦਾ ਉਹ ਛਾਉਣੀ ਕਿੱਥੇ ਲੱਗੇ ਰਹੇ ਸੀਗੇ ਕਿਹੜੀ ਛਾਉਣੀ 'ਚ ਰਹੇ ਸੀ ਤੁਸੀਂ ਲੁਧਿਆਣੇ ਅੱਛਾ ਅੱਛਾ ਉਹ ਜਦੋਂ ਤੁਸੀਂ ਆਏ ਕਾਫਲੇ ਦੇ ਨਾਲ ਕਿਸੇ ਨੇ ਹਮਲਾ ਤਾਂ ਨਹੀਂ ਕੀਤਾ ਸਿੱਖਾਂ ਨੇ ਰਾਹ 'ਚ ਹਮਲਾ ਕੀਤਾ ਹੋਵੇ ਨਹੀਂ ਹਮਲਾ ਕਰਦਾ ਸ਼ਹਿਰ ਪੈ ਗਿਆ ਸ਼ਹਿਰ ਅਸੀਂ ਆਉਂਦੇ ਘਾਹ ਘੂਹ ਖੋਲਦੇ ਅਤੇ ਬੈਠੇ ਸ਼ਹਿਰ ਪੈ ਗਿਆ ਅਸੀਂ ਫਿਰ ਕੋਈ 40 ਕੁ ਮੁੰਡੇ ਟੋਲੀਆਂ ਸਾਡੀਆਂ ਗੋਲਦੀਆਂ ਬਰਸੀਆਂ 40 ਨਹੀਂ ਆਉਂਦੀਆਂ ਘਾਹ ਖੋਲਦੇ ਅਤੇ ਉਹ ਪੈ ਗਿਆ ਸ਼ਹਿਰ ਦੇ ਪਹਿਲਾਂ ਉਹ ਮਗਰ ਗਿਆ ਅਤੇ ਲੋਕ ਗਾਹ ਲੰਘ ਗਿਆ ਅਤੇ ਕੋਈ ਗੰਨਿਆਂ ਕੋਈ 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 ਇਹ ਊਂਠ ਸਾਹ ਲਈ ਆਵੇ ਊਂਠ ਉਹਨੂੰ ਮੋੜੇ ਉਹਦੇ ਉੱਤੇ ਬੈਠਾ ਊਂਡ ਨਾ ਮੁੜੇ ਊਂਡ ਉਹ ਸ਼ਹਿਰ ਵਾਲਾ ਮਨ ਲਈ ਜਾਵੇ ਅਸੀਂ ਉਹਨੂੰ ਮਾਲਾ ਮਾਰਿਆ ਬਈ ਸਾਡੇ ਊਂਡ ਨੂੰ ਆਲਾ ਗੁਰਦੇ ਸਾਂ ਅਸੀਂ ਉਹਦੇ ਸਾਲ ਲਿਆ ਸੀ ਆਪਾਂ ਜੇ ਅਸੀਂ ਅੱਜ ਹਿੱਲ ਗਏ ਨਾ ਕਿ ਹਾਂ ਹਰ ਗੱਲ ਲੈਂਦੇ ਜਿਹੜੇ ਇੰਗਲ ਗਏ ਤੇ ਉਹ ਵੀ ਬਸੀ ਆਦਮੀ ਨੇ ਹਾਰੀ ਅਸੀਂ ਇਹਨਾਂ ਨੂੰ ਮਾਰ ਦੇਣਾ ਇਕੱਲੇ ਇਕੱਲਿਆਂ ਨੂੰ ਅਸੀਂ 50 ਮੁੰਡੇ ਲਏ ਅਸੀਂ ਖੜੇ ਉੱਥੇ ਜੀ ਖੜਿਆਂ ਨੇ ਲੈ ਕੇ ਬਰਸੀਆਂ ਗਾਹ ਛੱਡਦੀ ਗਾਹ ਛੁੱਟ ਕੇ ਨਾ ਬਰਸੀਆਂ ਚੱਕ ਲੈਂਦਾ ਉੱਥੇ ਚੱਲ ਲੈ ਵੀ ਆ ਜਾਓ ਬਈ ਮੇਰਾ ਜੀ ਕਰਦਾ ਤੁਹਾਡਾ ਉਹਦਾ ਜੀ ਹਾਂ ਕੋਈ ਨਹੀਂ ਹਿੱਲੇ ਉਹਦਾ ਆਪਣੇ ਹਾਂ ਕੋਲ ਖੁੱਲ੍ਹੇ ਰਹੇ ਬਾਕੀ ਕੰਪ 'ਚ ਬਦਲ ਲੱਗ ਗਿਆ ਕੰਪ 'ਚ ਮਿਲਜਲੀ ਪੈ ਗਈ ਛੱਡ ਲਈ ਆਪਣੀ ਹਾਂਜੀ ਮਿਲਜਲੀ ਆ ਗਈ ਕੰਪ ਸਾਰਾ ਦੇਖੋ ਧੱਕਾ ਖੜ ਗਿਆ ਆਠ ਲੁਧਿਆਣੇ ਨੇ ਵਿਆਹ ਵੀ ਨਾ ਉਦੋਂ ਉਹ ਮਗਰ ਲੈਂਦਾ ਸਾਰੇ ਅੱਗੇ ਆ ਗਿਆ ਅੱਗੇ ਆ ਗਿਆ ਚਲੋ ਪਹਿਲਾਂ ਪਹਿਲਾਂ ਮਿਲਣੀ ਆ ਗਿਆ ਸਿਪਾਹੀ ਆ ਗਿਆ ਉਹਨੇ ਕਹਿੰਦੇ ਲਿਆਓ ਚਾਹੀਦੀ ਸਾਰਿਆਂ ਲੈ ਕੇ ਨਾ ਪਹਿਲਾਂ ਫਿਰ ਕੰਮ ਪੁੱਛਾਂ ਗਏ ਅੱਛਾ ਛੋਟੀ ਈਦ ਕਿੱਥੇ ਕੀਤੀ ਸੀਗੀ ਹਾਂਜੀ ਰੋਜ਼ਿਆਂ ਤੋਂ ਬਾਅਦ ਜਿਹੜੀ ਈਦ ਆਈ ਸੀਗੀ ਉਹ ਕਿੱਥੇ ਕੀਤੀ ਉਹ ਈਦ ਬਣ ਕੇ ਲੱਠਾ ਪੈ ਗਿਆ ਈਦ ਬਣ ਕੇ ਲੱਠਾ ਪੈ ਗਿਆ ਨਾ ਈਦ ਬਣ ਕੇ ਵਿਆਹ ਲੰਬ ਗਏ ਅੱਛਾ ਅਤੇ ਕਸੂਰ ਕਦੋਂ ਪਹੁੰਚੇ ਸੀਗੇ ਇਹ ਨਹੀਂ ਪਤਾ ਕਿਹੜਾ ਮਹੀਨਾ ਤਾਂ ਕੱਟਦਾ ਸਾ ਮੇਰਾ ਖਿਆਲ ਨਹੀਂ ਅਤੇ ਉਹ ਜਿਹੜੀ ਬੱਕਰ ਈਦ ਸੀਗੀ ਮਗਰਾਂ ਈਦ ਤਾਂ ਉੱਥੇ ਹੀ ਹੋਈ ਕਿੱਥੇ
ਲੁਧਿਆਣੇ ਜਿੱਤੀ ਹੈ। ਅੱਛਾ ਅੱਛਾ ਫਿਰ ਗੱਡੇ ਗੁੱਡੇ ਲੈ ਆਏ ਤੁਸੀਂ ਪਾਕਿਸਤਾਨ? ਗੱਡੇ ਲੈ ਆਏ। ਆ ਦੇਖੋ ਜੀ, ਅੱਜ ਕਿੰਨੀ ਦੇਰ ਤੱਕ ਸਾਂਭ ਕੇ ਰੱਖਿਆ ਗੱਡਾ? ਗੱਡਾ ਅਸੀਂ ਤਿੰਨ ਗੱਡੇ ਸੀ ਸਾਡੇ ਕੋਲ, ਤਿੰਨੇ ਅਤੇ ਨੇਹਾਂ ਨੇ ਪੱਠੇ ਲਿਆਉਣੇ, ਰਾਤ ਨੂੰ ਜਾਣਾ ਪੱਠੇ ਲਿਆਉਣੇ, ਬਾਬੂ ਲਿਆਉਣੇ ਮਾੜੇ ਮੋਟੇ। ਚੱਲ ਉੱਥੇ ਲੁਧਿਆਣੇ ਉੱਥੇ ਹੀ ਬੈਠੇ ਦੇਖ, ਅੱਲਾ ਦੀ ਸ਼ਾਨ ਆ। ਜਦ ਉਹਨੇ ਲਿਖਣਾ ਨਾ ਫਿਰ ਕੋਈ ਖੌਫ ਨਹੀਂ, ਜਦ ਉਹਨੇ ਮਾਰਨਾ ਤਾਂ ਜਦ ਵੀ ਆਵੇ ਉਹਨੇ ਮਾਰਨਾ। ਹੁਣ ਅਰੇ ਅੱਲਾ ਦੇ ਕੰਮ ਮੈਂ। ਅੱਛਾ ਜਿਹੜਾ ਜ਼ੈਲਦਾਰ ਸੀਗਾ ਗੁਲਾਮ ਚਿਸ਼ਤੀ, ਹਾਂ ਉਹ ਤੁਹਾਡਾ ਕੀ ਲੱਗਦਾ ਸੀ? ਉਹ ਸਾਡਾ ਕੋਈ ਦੂਈ ਪੱਤੇ ਜਿਹਾ। ਅੱਛਾ ਉਹਦਾ ਜਿਹੜਾ ਅੱਬਾ ਸੀਗਾ ਉਹਨੂੰ ਤੁਸੀਂ ਦੇਖਿਆ? ਨਹੀਂ ਉਹ ਨਹੀਂ ਦੇਖਿਆ। ਉਹਨੇ ਦੇਖਿਆ? ਠੀਕ ਆ। ਬਾਬੂ ਸ਼ਰੀਫ ਖਾਨ ਅਸੀਂ ਨਹੀਂ ਦੇਖਿਆ। ਉੱਥੇ ਕੋਈ ਨਵਾਬ ਨਵਾਬ ਵੀ ਸੀਗਾ? ਨਵਾਬ ਤਾਂ ਕੌਣ ਸੀ ਉਹ? ਰਾਜਪੂਤ ਦਾ। ਉਹਦਾ ਨਾਂ ਨਵਾਬ ਸੀਗਾ? ਨਾਂ ਨਵਾਬ। ਉਹਦੇ ਪੇ ਦਾ ਨਾਂ ਕੀ ਸੀ? ਉਹ ਨਹੀਂ ਪਤਾ, ਅਸੀਂ ਤਾਂ ਬੁੱਢਾ ਦੇਖਿਆ ਹੋਇਆ ਉਹ। ਅੱਛਾ ਅਸੀਂ ਤਾਂ ਦੇਖਿਆ ਬੁੱਢਾ ਹੋਇਆ ਤਾਂ ਮਰਿਆ ਮਿਲਾ ਗਿਆ। ਫਿਰ ਇਹ ਧਨਾਨਸੂ ਦਾ ਸਾਰਾ ਪਿੰਡ ਇੱਥੇ ਗਲਾਲੀਪੁਰ ਆ ਗਿਆ ਸੀਗਾ? ਨਹੀਂ ਕਿੰਨੇ ਧੀ ਪੁੱਤ ਦਿੱਤੇ? ਮੈਂ ਦੋ ਤਿੰਨ ਮੁੰਡੇ ਨੇ ਮੇਰੇ, ਇੱਕ ਕੁੜੀ ਸੀ। ਹਾਂਜੀ ਦੋ ਮੁੰਡੇ ਮਰ ਗਏ, ਇੱਕ ਮੁੰਡਾ ਹੋਇਆ, ਕੁੜੀ ਹੋਰ ਆ ਕੇ ਕੁੜੀ ਵੀ ਮਰ ਗਈ। ਬੱਚਿਆਂ ਨੂੰ ਸਕੂਲੇ ਪਾਇਆ ਸੀਗਾ? ਕਿੰਨਵੀਂ ਕਿੰਨਵੀਂ ਤੱਕ ਪੜ੍ਹੇ? ਪੜ੍ਹੇ ਨਹੀਂ, ਉਹ ਦੂਏ ਨੂੰ ਪਹਿਲਾਂ ਮਰ ਗਿਆ ਨਿੱਕੇ ਜਾਂਦੇ ਜੀ। ਆਹਦਾ ਇੱਕ ਮਾਇਆ ਜਿਹੜਾ ਇੱਥੇ ਪੈਂਦਾ ਹੁਣ, ਅਤੇ ਪੜ੍ਹੇ ਨਹੀਂ ਮਗਾ। ਤੁਹਾਡੇ ਘਰ ਦੇ ਜੀਂਦੇ ਆ? ਨਹੀਂ ਮਰ ਗਿਆ ਬਹੁਤ ਚਿਰ ਹੋਇਆ। ਅੱਛਾ ਕਦੀ ਆਪਸ ਵਿੱਚ ਲੜਾਈ ਵੀ ਹੋਈ ਸੀ ਤੁਹਾਡੀ? ਝਗੜਾ ਦੋਵਾਂ ਮੀਆਂ ਬੀਵੀ ਦਾ ਆਪਸ ਵਿੱਚ ਰੋਸਾ ਮਨੇਵਾ? ਝਗੜਾ ਹੁੰਦਾ ਖਾਣ ਪੀਣ ਦਾ ਹੁੰਦਾ, ਦੋ ਜੀ ਦੇ ਖਾਣਾ ਮੀਆਂ ਮੱਝਾਂ ਰੱਖੀਆਂ ਮੀਆਂ ਇੱਥੇ ਆ ਕੇ ਕੋਈ ਵਰਤੋਂ ਕੋਈ ਕੋਈ। ਚਲੋ ਬਾਬਾ ਜੀ ਠੀਕ ਆ, ਸ਼ੁਕਰੀਆ, ਮਿਹਰਬਾਨੀ ਤੁਹਾਡੀ, ਬਹੁਤ ਬਹੁਤ ਸ਼ੁਕਰੀਆ।